ਆਪਣੀ ਕਿਰਪਾ ਹਰ ਆਪਣੀ ਕਿਰਪਾ ਹਰ ਆਪਣੀ
ਆਲਾ
ਦਾ ਨਮਸਕਾਰੇ ਸਭ ਸਭ ਦੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੇ ਰੱਬ ਪੂਰਨ ਪੈਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪੂਰੇ ਕਿਰਪਾ ਧਾਰੀ ਰੱਬ ਪੂਰੀ ਸੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਹਰ 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 ਆਰਾਧੋ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਜਾਈਐ ਅੰਤਿਮ ਸੁਕਰਤ ਕਰੀਐ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕੋਟ ਜਨਮ ਦੇ ਚਿਰ ਵਿਖਨਾ ਸੈ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਤੀ ਜੀ ਜੰਤ ਸਭ ਪਏ ਪਵਿੱਤਰਾ ਸਤਿਗੁਰ ਕੀ ਸਰਸਾਥੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਗੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਧਰਿਆਇਆ ਹਰ ਆਪਣੀ ਕਿਰਪਾ ਆਪਣੀ ਕਿਰਪਾ ਧਾਰੇ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਪ੍ਰਭ ਜੀਓ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁੰਗਾਵੋ ਰੰਗ ਰਾਤਾ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਵਸਿਆ ਅਬਨਾਸੀ ਤਾਂ ਕੋ ਬਿਘਨ ਨਾ ਕੋ ਲਾਗੈ ਤਾਂ ਕੋ ਬਿਘਨ ਨਾ ਕੋ ਲਾਗੈ
ਜੋ ਸਤਿਗੁਰ ਆਪਣੇ ਰੱਖੇ ਚਰਨ ਕਮਲ ਬਸੇਰਤ ਅੰਦਰ ਅੰਮ੍ਰਿਤ ਹਰ ਰਸ ਚਾਹੇ ਕਰ ਸੇਵਾ ਸੇਵਕ ਪ੍ਰਭ ਆਪਣੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਹਾਰੈ ਜਿਨ ਪੂਰਨ ਪੈਰ ਹਰ ਆਪਣੀ ਅੰਮ੍ਰਿਤ ਨਾਮ ਹਿਰਦੈ ਮੈਂ ਜੀਨੋ ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਪੈਰਾਈ ਨਿਵਰੇ ਦੂਤ ਦੁਸ਼ਟ ਪੈਰਾਈ ਗੁਰਪੂਰੇ ਕਾ ਜਪਿਆ ਜਾ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਤੇਰੇ ਕਾ ਵਡ ਪ੍ਰਸਾਦ ਸਿਮਰ 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 ਸੁਖ ਪਾਇਆ ਸਿਮਰ 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 ਸੁਖ ਪਾਇਆ ਚਰਨ ਕਮਲ ਰੱਖ ਮਨ ਮਾਈ ਤਾਂ ਕੀ ਸਰਨ ਪਰਿਓ ਨਾਨਕ ਦਾ ਤਾਂ ਕੀ ਸਰਨ ਪਰਿਓ ਨਾਨਕ ਦਾ ਜਾਂਦੇ ਉੱਪਰ ਕੋ ਨਹੀਂ ਪਰ ਆਪਣੀ
ਮਾਤਾਵਾਂ ਭੈਣਾਂ ਪੁੱਤਰੀਆਂ ਸਹਿਬ ਦੋਜਣ ਦੇ ਮਾਲਕ ਇਸ਼ਟ ਗੁਰਦੇਵ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਫ਼ਤਾਵਾਰੀ ਦੀਵਾਨਗੀਆਂ ਹਾਜ਼ਰੀਆਂ ਪੜ੍ਹ ਰਹੇ ਹੋ, ਪਵਿੱਤਰ ਬਾਣੀ ਰੱਬੀ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਹੋ। ਜੋ ਕਲ ਯੁੱਗ ਮੈਂ ਕੀਰਤਨ ਪ੍ਰਧਾਨਾ ਪ੍ਰਧਾਨ ਭਗਤੀ ਹੈ, ਪਰ ਬਾਬਾ ਜੀ ਕਹਿੰਦੇ ਗੁਰਮੁਖ ਜਪੀਐ ਲਾਏ ਧਿਆਨ ਨਾਲ, ਧਿਆਨ ਨਾਲ ਕੀਰਤਨ ਕੀਤਾ ਹੋਇਆ ਮੇਰਾ, ਧਿਆਨ ਨਾਲ ਕੀਰਤਨ ਸੁਣਿਆ ਹੋਇਆ ਤੁਹਾਡਾ, ਕੀ ਹੋਏਗਾ? ਆਪ ਤਰੇ ਸਗਲੇ ਕੁੱਲ ਤਾਰੇ, ਹਰ ਦਰ ਗਏ ਪਤ ਸਿਉ ਜਾਏਗਾ। ਮੈਂ ਜਿਹੜੀ ਗੱਲ ਆਪਦੇ ਸਾਹਮਣੇ ਕਹਿ ਰਿਹਾ, ਇਹ ਤਿੰਨ ਦਿਨ ਤੋਂ ਗੁਰਮੁਖ ਪਰਿਵਾਰ ਵੱਲੋਂ ਯੱਗ ਚੱਲ ਰਿਹਾ ਸੀ। ਇੱਕ ਹੁੰਦਾ ਦਰਬ ਯੱਗ, ਇੱਕ ਹੁੰਦਾ ਲੰਗਰ ਯੱਗ, ਪਰ ਅੱਜ ਇਸ ਯੱਗ ਵਿੱਚ ਤੁਸੀਂ ਸ਼ਾਮਿਲ ਹੋਏ ਹੋ। ਇਹਨੂੰ ਕਲਯੁਗ ਵਿੱਚ ਜਪ ਯੱਗ ਆਖਿਆ। ਜਪ ਯੱਗ ਦਾ ਮਤਲਬ ਸਮਝੇ, ਲੰਗਰ ਯੱਗ ਹੋਇਆ, ਭੁੱਖੇ ਦੇ ਮੂੰਹ 'ਚ ਅੰਨ ਪਾ ਦਿੱਤਾ, ਗਰੀਬ ਨੂੰ ਭੁੱਖੇ ਦੀ ਥੋੜ੍ਹੇ ਹੋਏ ਦੀ ਮਦਦ ਕਰਨੀ। ਅਤੇ ਦਰਬ ਯੱਗ ਜਿਹੜਾ ਹੁੰਦਾ ਉਹ ਨੰਗੇ ਭੁੱਖੇ ਨੂੰ ਪੈਸਾ ਦੇਣਾ, ਕੱਪੜਾ ਦੇਣਾ, ਇਤਿਹਾਸਿਕ ਮਾਇਆ ਪਦਾਰਥ ਦੇਣੀ। ਪਰ ਮਹਾਨ ਯੱਗ ਜਿਸ ਗੱਲ ਦੀ ਗੱਲ ਮੈਂ ਆਪਦੇ ਸਾਹਮਣੇ ਕਹਿ ਰਿਹਾ, ਇਹਨੂੰ ਕਹਿੰਦੇ ਜਪ ਯੱਗ। 48 ਘੰਟੇ ਇੱਕ ਰਥ ਪਰਸੋਂ ਤੋਂ ਲੈ ਕੇ ਅੱਜ ਤੱਕ ਇਹ ਜਪ ਹੋਇਆ। ਜਪ ਪਤਾ ਕਿਹਦਾ? ਪਰਮਾਤਮਾ ਦਾ। ਇੱਕੋ ਓਅੰਕਾਰ, ਉਸ ਪਰਮਾਤਮਾ ਦਾ ਜਪ, ਇੱਕੋ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇਹ ਪਰਮਾਤਮਾ ਦਾ ਜਾਪ ਹੈ, ਇਹ ਪਰਮਾਤਮਾ ਦੀ ਸਿਫਤ ਹੈ, ਇਹ ਪਰਮਾਤਮਾ ਦੀ ਉਪਮਾ ਹੈ, ਇਹ ਪਰਮਾਤਮਾ ਦੀ ਵਡਿਆਈ ਹੈ, ਜਿਹੜੀ 48 ਘੰਟੇ ਚੱਲਦੀ ਰਹੀ। ਇਸ 48 ਘੰਟਿਆਂ ਵਿੱਚ ਗੁਰਮੁਖ ਪਰਿਵਾਰ ਨੇ ਲੰਗਰ ਦੀ ਸੇਵਾ ਕੀਤੀ ਔਰ ਸੰਤਾਂ ਦੀ ਸੇਵਾ ਕੀਤੀ, ਹਰ ਤਰੀਕੇ ਨਾਲ, ਹਰ ਯਤਨ ਨਾਲ, ਤਾਂ ਕਿ ਇਹ ਯੱਗ ਸਾਡਾ ਸੰਪੂਰਨ ਹੋਵੇ, ਤਾਂ ਕਿ ਇਸ ਯੱਗ ਦਾ ਮਹਾਤਮ ਸਾਨੂੰ ਮਿਲੇ। ਬੜਾ ਮਹਾਤਮ ਜੇ ਕਲਯੁੱਗ ਦੇ ਵਿੱਚ। ਪੁਰਾਣੇ ਯੁੱਗਾਂ ਨੂੰ ਪਤਾ ਕਿਹੜਾ ਯੱਗ ਹੁੰਦਾ ਸੀ? ਅਸ਼ਮੇਧ ਦੀ ਯੱਗ ਨੂੰ ਲਿਖਿਆ, ਤੇ ਤੁਸੀਂ ਪੜ੍ਹ ਲਓ ਹਿੰਦੁਸਤਾਨ ਦੇ ਹਿੰਦੂਆਂ ਦਾ ਇਤਿਹਾਸ। ਅਸ਼ਮੇਧ ਯੱਗ ਜਿਹੜਾ ਗਰੀਬ ਆਦਮੀ ਨਹੀਂ ਕਰ ਸਕਦਾ, ਕਿਉਂਕਿ ਬੜਾ ਪੈਸਾ ਖਰਚ ਹੁੰਦਾ ਸੀ। ਉਹਦਾ ਵੱਡਾ ਕਾਰਨ ਅਸ਼ਮੇਧ ਯੱਗ ਉਹਦਾ ਪੂਰਾ ਹੁੰਦਾ ਸੀ। ਅਸ਼ਮੇਧ ਯੱਗ ਕਰਨ ਵਾਲਾ ਜਿਹੜਾ ਇਨਸਾਨ ਸੀ ਨਾ, ਉਹ ਆਪਣਾ ਘੋੜਾ ਛੱਡ ਦਿੰਦਾ ਸੀ, ਘੋੜੇ ਤੇ ਕਾਠੀ ਪਾ ਕੇ, ਜੀਨ ਪਾ ਕੇ ਛੱਡ ਦਿੰਦਾ ਸੀ। ਜਿੱਧਰੋਂ ਜਿੱਧਰੋਂ ਉਹ ਘੋੜਾ ਘੁੰਮ ਕੇ ਆ ਜਾਵੇ ਤੇ ਫਿਰ ਤੇ ਸਮਝੇ ਸਨ ਉਹ ਯੱਗ ਪੂਰਨ ਹੋਇਆ, ਨਹੀਂ ਤੇ ਜਿੱਥੇ ਉਹ ਘੋੜਾ ਪਕੜਿਆ ਜਾਵੇ ਉਸ ਰਾਜੇ ਨਾਲ ਲੜਾਈ ਕਰਨੀ ਪੈਣੀ ਸੀ, ਉਹ ਲੜਾਈ ਜਿੱਤਣੀ ਪੈਣੀ ਸੀ। ਜਿੱਥੇ ਜਿੱਥੇ ਉਹ ਘੋੜਾ ਪਕੜਿਆ ਜਾਂਦਾ, ਕਦੋਂ ਕਦੋਂ ਤੱਕ ਉਹ ਰਾਜਾ ਲੜਦਾ ਰਹਿੰਦਾ, ਉਹ ਯੱਗ ਵਿੱਚ ਹੀ ਅਧੂਰੇ ਰਹਿ ਜਾਂਦੇ। ਉਹਨਾਂ ਯੱਗਾਂ ਨੂੰ ਉਹ ਕਰ ਸਕਦਾ ਸੀ ਜਿਹਦੇ ਕੋਲ ਪੈਸਾ ਹੋਵੇ, ਦੌਲਤ ਹੋਵੇ, ਮਾਇਆ ਹੋਵੇ, ਉਹ ਯੱਗ ਕਰ ਸਕਦਾ ਸੀ। ਗਰੀਬ ਭੁੱਖਾ ਨੰਗਾ ਇਹ ਯੱਗ ਨਹੀਂ ਸੀ ਕਰ ਸਕਦਾ। ਪਰ ਕਹਿੰਦੇ ਕਲਯੁਗ ਦੇ ਵਿੱਚ ਇਹ ਜਿਹੜਾ ਬਾਣੀ ਦਾ ਯੱਗ ਹੈ, ਇਹ ਗਰੀਬ ਤੋਂ ਗਰੀਬ ਇਨਸਾਨ ਵੀ ਕਰਾ ਸਕਦਾ, ਇਹ ਗਰੀਬ ਤੋਂ ਗਰੀਬ ਇਨਸਾਨ ਵੀ ਇਸ ਯੱਗ ਵਿੱਚ ਹਿੱਸਾ ਪਾ ਸਕਦਾ। ਮੈਂ ਤਾਂ ਕਿਹਾ ਹਿੰਦੁਸਤਾਨ ਦੇ ਵਿੱਚ ਥਾਂ ਥਾਂ ਤੇ ਅਖੰਡ ਪਾਠ ਦਾ ਯੱਗ ਚੱਲਦਾ, ਹਿੰਦੁਸਤਾਨ ਦੇ ਵਿੱਚ ਥਾਂ ਥਾਂ ਤੇ ਇਹ ਅਖੰਡ ਪਾਠ ਯੱਗ ਚੱਲਦੇ ਨੇ। ਪਰ ਇੱਥੇ ਜਿਹੜੇ ਸਿੱਖ ਰਹਿੰਦੇ ਨੇ, ਇਹਨਾਂ ਦੇ ਵਿੱਚ ਮਨ ਵਿੱਚ ਭਾਵਨਾ ਹੁੰਦੀ, ਇਹਨਾਂ ਦੇ ਮਨ 'ਚ ਇਹ ਸ਼ਰਧਾ ਹੁੰਦੀ ਹੈ ਕਿ ਅਸੀਂ ਕਿਰਤ ਵੀ ਕਰਨੀ ਆ, ਧੰਦਾ ਵੀ ਕਰਦੇ ਹਾਂ, ਪਰ ਕਿਉਂ ਅਸੀਂ ਗੁਰੂ ਕੋਲੋਂ ਇਹ ਸੁਖਣਾ ਵੀ ਮੰਗੀਏ, ਅਸੀਂ ਗੁਰੂ ਕੋਲ ਇਹ ਵੀ ਦਾਤ ਮੰਗੀਏ, ਬਾਬਾ ਇਹ ਪੁੱਤਰ ਤੇਰੇ, ਇਹ ਧੀਆਂ ਤੇਰੇ, ਇਹ ਪਰਿਵਾਰ ਤੇਰਾ, ਇਹ ਧਨ, ਇਹ ਦੌਲਤ ਤੇਰੀ, ਅਸੀਂ ਇਹ ਯੱਗ ਕਰਾ ਕੇ ਆਪਣੀ ਕਮਾਈ ਦਾ ਹਿੱਸਾ ਤੇਰੇ ਵੱਲ ਵੀ ਲਾਉਂਦੇ ਹਾਂ। ਮਤਲਬ ਸਮਝੇ ਹੋ? ਇਹਦਾ ਮਕਸਦ ਹੈ ਅਸੀਂ ਤੇਰਾ ਸ਼ੁਕਰਾਨਾ ਕਰਨੇ ਹਾਂ, ਦਾਤਾਂ ਲੈ ਕੇ। ਦਾਤਾਂ ਨਾਲ ਪਿਆਰ ਤਾਂ ਸਾਰੇ ਹੀ ਕਰਦੇ ਹਨ, ਪਰ ਪਰਮਾਤਮਾ ਭੁੱਲ ਜਾਂਦੇ ਨੇ।
ਦਾਤਾਂ ਲੈ ਕੇ ਉਹਨਾਂ ਦਾਤਾਂ ਵਿੱਚ ਖਚਤ ਸਾਰੇ ਹੀ ਹੋ ਜਾਂਦੇ ਨੇ, ਪਰ ਰੱਬ ਭੁੱਲ ਜਾਂਦੇ ਨੇ। ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ, ਜਿਹਦੇ ਤੇ ਗੁਰੂ ਦੀ ਨਜ਼ਰ ਹੋਵੇ, ਉਹੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ। ਇਹ ਅੱਜ ਦਾ ਜਿਹੜਾ ਕੀਰਤਨ, ਇਹ ਅੱਜ ਦਾ ਜਿਹੜਾ ਅਖੰਡ ਪਾਠ, ਇਹ ਅੱਜ ਦਾ ਜਿਹੜਾ ਲੰਗਰ, ਇਹ ਉਸ ਪਰਮਾਤਮਾ ਦਾ ਸ਼ੁਕਰਾਨਾ ਹੈ। ਪਰਮਾਤਮਾ, ਤੂੰ ਸਾਨੂੰ ਪਦਾਰਥ ਦਿੱਤੇ, ਤੂੰ ਸਾਨੂੰ ਦੌਲਤ ਦਿੱਤੀ, ਤੂੰ ਸਾਨੂੰ ਮਾਇਆ ਤੇ ਭੰਡਾਰ ਦਿੱਤੇ, ਅਸੀਂ ਤੇਰਾ ਸ਼ੁਕਰਾਨਾ ਕਰਦੇ ਹਾਂ। ਤੇ ਸ਼ੁਕਰਾਨੇ 'ਚ ਮੰਗ ਕੀ ਕਰਨੀ? ਮੰਗ ਇਹ ਕਰਨੀ ਹੈ ਕਿ ਪਰਿਵਾਰ 'ਚ ਸੁੱਖ ਸ਼ਾਂਤੀ, ਪਰਿਵਾਰ 'ਚ ਦੇਹ ਅਰੋਗਤਾ, ਪਰਿਵਾਰ 'ਚ ਆਪਣਾ ਮੇਰ ਪ੍ਰਿਆਸ, ਸਾਨੂੰ ਗੁਰਸਿੱਖੀ ਦੇ, ਸਾਨੂੰ ਨਾਮ ਦੇ, ਸਾਨੂੰ ਬਰਕਤਾਂ ਦੇ, ਤਾਂ ਕਿ ਅਸੀਂ ਤੇਰੇ ਕਦਮਾਂ ਨਾਲ ਜੁੜੇ ਰਹੀਏ। ਇਹ ਮੰਗ ਮੰਗਣੀ ਹੈ, ਇਹ ਅਰਦਾਸ ਕਰਨੀ ਹੈ। ਥੋੜ੍ਹੀ ਇਕਾਗਰਤਾ ਦਾ ਸਬੂਤ ਦਿਓ ਅਤੇ ਮੈਂ ਤੁਹਾਡੇ ਨਾਲ ਕੁਛ ਗੱਲਾਂ ਵਿਚਾਰਾਂ ਸਾਂਝੀਆਂ ਕਰਾਂ। ਤੁਸੀਂ ਜਿਤਨੇ ਵੀ ਮਾਈ ਭਾਈ ਜੁੜ ਬੈਠੇ ਹੋ, ਹਫ਼ਤੇ ਬਾਅਦ ਆਏ ਹੋ, ਅਤੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ, ਆਪਣੀ ਰਸਨਾ ਨੂੰ, ਆਪਣੇ ਮੁਖਾਰ ਬਿੰਦ ਨੂੰ, ਆਪਣੀ ਜੇਬਾਂ ਨੂੰ ਪਵਿੱਤਰ ਕਰੋ ਅਤੇ ਕੋਈ ਪਿਆਰ ਨਾਲ ਆਖੋ ਸਤਨਾਮ। ਗੱਲ ਬੜੀ ਧਿਆਨ ਨਾਲ, ਗਰੀਬਾਂ ਦੇ ਉੱਤੇ, ਨਿਮਾਣਿਆਂ ਦੇ ਉੱਤੇ, ਨਿਤਾਣਿਆਂ ਦੇ ਉੱਤੇ, ਜਿਹਨਾਂ ਦਾ ਕੋਈ ਨਹੀਂ ਉਹਨਾਂ ਦਾ ਗੁਰੂ ਨਾਨਕ ਕਿਵੇਂ ਬਣਦਾ, ਜਿਹਦਾ ਸੰਸਾਰ 'ਤੇ ਕੋਈ ਨਹੀਂ ਉਹਦੇ ਨਾਲ ਗੁਰੂ ਪਿਆਰ ਕਿਵੇਂ ਕਰਦਾ। ਪਰ ਅਸੀਂ ਕਹਿੰਦੇ ਹਾਂ ਜਿਹਨਾਂ ਦੇ ਬਾਜੂ ਹਨ, ਜਿਹਨਾਂ ਕੋਲ ਦੌਲਤ ਹੈ, ਜਿਹਨਾਂ ਕੋਲ ਮਾਇਆ ਹੈ, ਉਹਨਾਂ ਦੇ ਮਿੱਤਰ ਬਣ ਜਾਂਦੇ ਨੇ, ਉਹਨਾਂ ਦੇ ਪਿਆਰੇ ਵੀ ਬਣ ਜਾਂਦੇ ਨੇ, ਉਹਨਾਂ ਕੋਲ ਉੱਠਣ ਬੈਠਣ ਵਾਲੇ ਵੀ ਬਣ ਜਾਂਦੇ ਨੇ। ਪਰ ਜਿਹਦਾ ਦੁਨੀਆਂ 'ਤੇ ਕੋਈ ਨਹੀਂ ਉਹਦਾ ਇੱਕ ਗੁਰੂ ਨਾਨਕ ਹੈ। ਬਾਣੀ ਪੜ੍ਹ ਕੇ ਤੱਕ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਹੱਥ ਨੀਚ, ਨਾਨਕ ਤਿਲ ਕੇ ਸੰਗ ਸਾਥ, ਵਧੀਆ ਸਿਉਂ ਤਿਆਰੀ 'ਚ। ਅਤੇ ਬਾਬਾ ਨਾਨਕ ਜੀ ਪਤਾ ਕੀ ਕਹਿੰਦੇ? ਕਹਿੰਦੇ ਜਿੱਥੇ ਨੀਚ ਸੰਭਾਲੀ ਹੈ ਤਿੱਥੇ ਨਜ਼ਰ ਤੇਰੀ ਬਖਸ਼ੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਗਰੀਬਾਂ ਨਾਲ ਪਿਆਰ ਹੈ। ਮੈਂ ਇੱਕ ਗੱਲ ਤੁਹਾਨੂੰ ਉੱਥੇ ਵੱਧ ਕਹਿ ਰਿਹਾ, ਫਖਰ ਨਾਲ, ਬੜੇ ਬੜੇ ਅਵਤਾਰ ਹੋਏ ਨੇ, ਬੜੇ ਬੜੇ ਪੈਗੰਬਰ ਹੋਏ ਨੇ, ਬੜੇ ਬੜੇ ਔਲੀਆ, ਬੜੇ ਬੜੇ ਸੰਤ, ਬੜੇ ਬੜੇ ਮਹਾਂਪੁਰਸ਼ ਆਏ ਨੇ, ਗਰੀਬਾਂ ਨਾਲ ਕਿਸੇ ਨੇ ਪਿਆਰ ਨਹੀਂ ਕੀਤਾ, ਠੁਕਰਾਏ, ਧੱਕੇ ਮਾਰੇ ਨੇ। ਗਰੀਬਾਂ ਨਾਲ ਅਗਰ ਪਿਆਰ ਕੀਤਾ ਤਾਂ ਗੁਰੂ ਨਾਨਕ ਨਾਲ ਪਿਆਰ, ਗੁਰੂ ਨਾਨਕ ਨੇ ਪਿਆਰ ਕੀਤਾ। ਇਹ ਹੈ ਹੀ ਧਰਮ ਗਰੀਬਾਂ ਵਾਸਤੇ, ਇਹ ਹੈ ਹੀ ਗਰੀਬਾਂ ਨਿਮਾਣਿਆਂ ਨਿਤਾਣਿਆਂ ਨੂੰ ਚੁੱਕਣ ਵਾਲਾ ਧਰਮ ਹੈ। ਅਛੂਤਾਂ ਨੂੰ ਲੋਕੀ ਨੇੜੇ ਨਹੀਂ ਸੀ ਟੁੱਕਣਦੇ ਨੇ, ਅਛੂਤਾਂ ਦਾ ਲੋਕੀ ਪਰਛਾਵਾਂ ਨਹੀਂ ਸੀ ਲੈਂਦੇ, ਨਿਮਾਣਿਆਂ ਨਾਲ ਨਿਤਾਣਿਆਂ ਨਾਲ ਕਿਸੇ ਨੇ ਪਿਆਰ ਨਹੀਂ ਕੀਤਾ। ਗੁਰੂ ਨਾਨਕ ਗਿਆ ਹੀ ਗਰੀਬ ਹੋ ਦੇ ਘਰ, ਜਿਤਨੇ ਦੁਨੀਆਂ 'ਤੇ ਗਰੀਬ ਹੋਏ, ਭਾਈ ਲਾਲੋ ਵਰਗੇ, ਭਾਈ ਚੰਡੇ ਬਾਜੀ ਵਰਗੇ, ਉਹ ਜਿਹਨਾਂ ਨੂੰ ਕੋਈ ਜਾਣਦਾ ਨਹੀਂ ਸੀ, ਉਹਨਾਂ ਕੋਲ ਗੁਰੂ ਨਾਨਕ ਨੇ ਪਹੁੰਚ ਕੇ ਉਹਨਾਂ ਨੂੰ ਛਾਤੀ ਨਾਲ ਲਾਇਆ। ਇਹ ਕੁਝ ਬੋਲੋ ਸਤਨਾਮ। ਗੁਰਸਿੱਖ ਗਰੀਬ ਹੈ, ਕੱਚ ਗੁਰਬਤ ਹੈ, ਪਰਮਾਤਮਾ ਕੋਲੋਂ, ਉਸ ਵਾਹਿਗੁਰੂ ਕੋਲੋਂ, ਅਕਾਲ ਪੁਰਖ ਕੋਲ ਦਾਤ ਮੰਗੀ, ਅਤੇ ਦਾਤ ਕੀ ਮੰਗੀ? ਦਾਤਾ ਉਹਨਾਂ ਨੂੰ ਦਿੰਦਾ ਜਿਹਨਾਂ ਨੂੰ ਉਹਦੇ 'ਤੇ ਵਿਸ਼ਵਾਸ ਹੋਵੇ, ਜਿਹਨਾਂ ਨੂੰ ਭਰੋਸਾ ਹੋਵੇ। ਅਤੇ ਦਾਤ ਕੀ ਮੰਗੀ ਹੈ? ਪਰਮਾਤਮਾ, ਇਹ ਰੱਬ, ਇਹ ਈਸ਼ਵਰ, ਇਹ ਵਾਹਿਗੁਰੂ, ਇੱਕ ਪੁੱਤਰ ਦੀ ਦਾਤ ਚਾਹੀਦੀ। ਜੇ ਤੂੰ ਮੇਰੀ ਝੋਲੀ 'ਚ ਪੁੱਤਰ ਪਾ ਦੇਵੇਂ, ਮੈਂ ਤੇਰਾ ਸ਼ੁਕਰਾਨਾ ਕਰਾਂਗਾ, ਮੈਂ ਤੇਰਾ ਧੰਨਵਾਦ ਕਰਾਂਗਾ। ਰੱਬ ਬੜਾ ਦਿਆਲੂ ਹੈ, ਰੱਬ ਬੜਾ ਕਿਰਪਾਲੂ ਹੈ, ਉਹ ਦਾਤ ਦੇ ਦਿੱਤੀ। ਅਤੇ ਜਦੋਂ ਉਸ ਇਨਸਾਨ ਨੂੰ, ਉਸ ਬੰਦੇ ਨੂੰ ਇਹ ਪੁੱਤਰ ਦੀ ਦਾਤ ਮਿਲੀ, ਪਰ ਇਹ ਪੁੱਤਰ ਦਾ ਸੁੱਖ ਨਾ ਦੇਖ ਸਕਿਆ, ਇਹ ਪੁੱਤਰ ਦਾ ਉਹ ਪਿਆਰ ਨਾ ਲੈ ਸਕਿਆ, ਵਾਹਿਗੁਰੂ ਦਾ ਸੱਦਾ ਆਇਆ, ਅਕਾਲ ਪੁਰਖ ਦਾ ਸੱਦਾ ਆਇਆ, ਉਸ ਇਨਸਾਨ ਨੂੰ ਪਰਮਾਤਮਾ ਨੇ ਆਪਣੇ ਕੋਲ ਬੁਲਾ ਲਿਆ। ਬੱਚਾ ਯਤੀਮ ਹੋ ਗਿਆ, ਇਕਾਗਰਤਾ, ਬੱਚਿਆਂ ਦੀ ਗੱਲ ਨਾ ਆਵੇ, ਪੁੱਤਰ ਯਤੀਮ ਹੋ ਗਿਆ। ਅਤੇ ਮਾਂ ਨੇ ਕੀ ਤੱਕਿਆ? ਕਿ ਪਤੀ 'ਤੇ ਚਲਾ ਗਿਆ, ਸਾਈਂ 'ਤੇ ਚਲਾ ਗਿਆ, ਵਾਹਿਗੁਰੂ ਦੇ ਦਿੱਤੇ ਸਵਾਸ, ਵਾਹਿਗੁਰੂ ਦੀ ਦਿੱਤੀ ਹੋਈ ਹੈ ਦੇਹੀ, ਉਹ ਚਲਾ ਗਿਆ। ਪਰ ਹੁਣ ਮੇਰਾ ਫਰਜ਼ ਬਣਦਾ ਕਿ ਮੈਂ ਇਸ ਬੱਚੇ ਨੂੰ ਪਾਲਾਂ,
ਇਸ ਬੱਚੇ ਨੂੰ ਪਲੂਸਾ, ਇਸ ਬੱਚੇ ਨੂੰ ਭੋਰੀਆਂ ਕਰਕੇ, ਮਜ਼ਦੂਰੀਆਂ ਕਰਕੇ, ਚੱਕੀਆਂ ਪੀ ਕੇ, ਭਾਂਡੇ ਮਾਣ ਕੇ, ਲੋਕਾਂ ਦੇ ਕੱਪੜੇ ਧੋ ਧੋ ਕੇ, ਮੈਲ ਧੋ ਧੋ ਕੇ ਆਪਣੇ ਬੱਚੇ ਨੂੰ ਪਾਲਣ ਦੀ ਕੋਸ਼ਿਸ਼ ਕਰਦੀ ਪਈ। ਪਤਾ ਕਿਉਂ? ਤਾਂ ਕਿ ਮੇਰਾ ਆਸਰਾ ਬਣ ਜਾਵੇ, ਬੱਚਾ ਮੇਰੀ ਡੰਗੋਰੀ ਬਣ ਜਾਵੇ। ਬੱਚਾ ਜਿਹੜਾ ਹੁੰਦਾ ਨਾ, ਬੁੱਢੀਆਂ ਦਾ ਆਸਰਾ ਬਣਦਾ ਹੈ, ਅਤੇ ਮਾਂ ਪਿਓ ਪਾਲਦੇ ਵੀ ਇਸੇ ਕਰਕੇ। ਵੱਡਾ ਹੋ ਕੇ ਸਾਨੂੰ ਸੁੱਖ ਦੇਗਾ, ਵੱਡਾ ਹੋ ਕੇ ਸਾਡੀ ਡੰਗੋਰੀ ਬਣੇਗਾ। ਇਸ ਮਾਂ ਨੇ ਇਸ ਬੱਚੇ ਨੂੰ ਪਾਲ ਪੋਸ ਕੇ ਕਿੱਥੇ ਤੱਕ ਲਿਆ ਗਿਆ? ਬੱਚਾ 12-13 ਵਰ੍ਹਿਆਂ ਦਾ ਹੋ ਗਿਆ, 12-13 ਵਰ੍ਹਿਆਂ ਦਾ ਬੱਚਾ ਹੋ ਗਿਆ, ਅਤੇ ਮਾਂ ਅਤੇ ਬੱਚਾ ਉਸ ਗੁਰੂ ਨਾਨਕ ਦੀ ਬਾਣੀ ਦੇ ਰਸਤੇ, ਉਸ ਗੁਰਬਾਣੀ ਦੇ ਆਸਰੇ, ਉਸ ਪਰਮਾਤਮਾ ਦੇ ਆਸਰੇ, ਉਸ ਵਾਹਿਗੁਰੂ ਦੇ ਆਸਰੇ ਇਹ ਜ਼ਿੰਦਗੀ ਦੇ ਦਿਨ ਕੱਟਦੇ ਪਏ, ਗਰੀਬੀ ਦੇ ਦਿਨ ਕੱਟਦੇ ਪਏ। ਮੈਂ ਮਹਾਂਪੁਰਸ਼ਾਂ ਦਾ ਬਚਨ ਪੜ੍ਹਿਆ, ਇਸ ਦੁਨੀਆਂ ਦਾ ਕੁਛ ਅੰਤ ਨਹੀਂ ਗਰੀਬੀ, ਇਸ ਦੁਨੀਆਂ ਦਾ ਕੁਛ ਅੰਤ ਨਹੀਂ, ਸਭ ਦੁਖੀ ਹੈ, ਸਭ ਸੁਖਵੰਤ ਨਹੀਂ, ਸਾਰੇ ਦੁਖੀ ਨਹੀਂ ਅਤੇ ਸਾਰੇ ਸੁਖੀ ਵੀ ਨਹੀਂ। ਇਸ ਦੁਨੀਆਂ ਦਾ ਕੁਛ ਅੰਤ ਨਹੀਂ, ਸਭ ਦੁਖੀ ਹੈ, ਸਭ ਸੁਖਵੰਤ ਨਹੀਂ। ਇੱਕ ਪਾਸੇ ਦੁੱਖ ਦੀ ਵਰਖਾ ਹੈ, ਇੱਕ ਪਾਸੇ ਸੁੱਖ ਦਾ ਚਰਖਾ ਹੈ, ਕਈ ਅਸਲ ਪਏ ਗਰੀਬਾਂ ਨੂੰ, ਕਈ ਰੋਂਦੇ ਪਏ ਨਸੀਬਾਂ ਨੂੰ। ਇੱਕਨਾਂ ਦੇ ਮਹਿਲ ਮਕਾਨ ਖੜੇ, ਇੱਕਨਾਂ ਨੂੰ ਕੁੱਲੀ ਨਾ ਜੁੜੇ, ਕੁੱਲੀ ਮੈਨੂੰ ਝੁੱਗੀ, ਇੱਕ ਤੇ ਮਹਿਲਾ ਚਲੇ ਗਏ, ਇੱਕਨਾਂ ਨੂੰ ਝੁੱਗੀ ਵੀ ਨਹੀਂ ਮਿਲਦੀ। ਇੱਕਨਾਂ ਦੇ ਮਹਿਲ ਮਕਾਨ ਖੜੇ, ਇੱਕਨਾਂ ਨੂੰ ਕੁੱਲੀ ਨਾ ਜੁੜੇ, ਇੱਕ ਮਕਬਲ ਫਰਸ਼ ਵਿਛਾਉਂਦੇ ਨੇ, ਇੱਕ ਕੁੰਜੇ ਰਾਤ ਬਿਤਾਉਂਦੇ ਨੇ, ਇੱਕ ਖਾਂਦੇ ਪੀਂਦੇ ਚੀਕਣ ਪਏ, ਇੱਕ ਭੁੱਖੇ ਹੀ ਮੌਤ ਉਡੀਕਣ ਪਏ। ਕੋਈ ਪਾਪੀ ਕੋਈ ਸਤਸੰਗੀ ਹੈ, ਵਾਹ ਦੁਨੀਆਂ ਰੰਗ ਬਰੰਗੀ ਹੈ, ਪਰਮਾਤਮਾ ਨਹੀਂ ਬਣਾਈ ਹੋਈ ਹੈ। ਅੱਜ ਵਿਸਾਖੀ ਦਾ ਤਿਉਹਾਰ ਆਇਆ ਪੰਜਾਬ ਦੇ ਵਿੱਚ, ਅਤੇ ਵਿਸਾਖੀ ਦੇ ਤਿਉਹਾਰ 'ਤੇ ਪੰਜਾਬ ਦਾ ਕਿਸਾਨ, ਜ਼ਿਮੀਦਾਰ, ਪੰਜਾਬ ਦਾ ਰਹਿਣ ਵਾਲਾ ਗਿੱਧੇ ਪਾਉਂਦਾ, ਭੰਗੜੇ ਪਾਉਂਦਾ, ਖੁਸ਼ੀਆਂ ਮਨਾਉਂਦਾ। ਕਿਉਂ? ਇੱਧਰ ਫਸਲਾਂ ਤਿਆਰ ਹਨ, ਉਹਨਾਂ ਫਸਲਾਂ ਨੂੰ ਤੱਕ ਕੇ ਬੜਾ ਪ੍ਰਸੰਨ, ਬੜੀ ਖੁਸ਼ੀਆਂ ਹੁੰਦੀਆਂ ਹਨ। ਅਤੇ ਇਸ ਪਿੰਡ ਵਿੱਚ ਵੀ ਗਿੱਧਾ ਪੈ ਰਿਹਾ, ਭੰਗੜਾ ਪੈ ਰਿਹਾ, ਨੱਚ ਰਹੇ ਲੋਕਾਂ ਦੇ ਬੱਚੇ, ਗੁਰਸਿੱਖਾਂ ਦੇ ਬੱਚੇ, ਇਨਸਾਨਾਂ ਦੇ ਬੱਚੇ, ਉਹ ਇਕੱਠੇ ਹੋ ਕੇ ਖੇਡਦੇ ਪਏ ਨੇ ਇੱਕ ਥਾਂ ਦੇ ਉੱਤੇ। ਇਹ ਬੱਚਾ ਵੀ ਉਹਨਾਂ ਵਿੱਚ ਜਾ ਕੇ ਖੇਡਣ ਲੱਗ ਪਿਆ। ਜਦੋਂ ਖੇਡਣ ਲੱਗਾ, ਇਹਦੇ ਹਾਣੀਆਂ ਨੇ, ਇਹਦੇ ਹਮਜੋਲੀਆਂ ਨੇ ਪਤਾ ਕੀ ਕੀਤਾ? ਆਖਣਗੇ ਤੂੰ ਸਾਡੇ 'ਚ ਨਹੀਂ ਖੇਡ ਸਕਦਾ। ਆਖਣਗੇ ਕਿਉਂ? ਮੈਂ ਰੋਜ਼ ਤੁਹਾਡੇ 'ਚ ਖੇਡਣਾ, ਮੈਂ ਰੋਜ਼ ਤੁਹਾਡੇ ਨਾਲ ਹੱਸਣਾ ਕੁੱਦਣਾ ਨੱਚਦਾ ਵਾਂ। ਆਖਣਗੇ ਤੂੰ ਇਸ ਕਰਕੇ ਨਹੀਂ ਖੇਡ ਸਕਦਾ, ਉਹ ਅੱਜ ਤੇ ਵਿਸਾਖੀ ਦਾ ਤਿਉਹਾਰ ਹੀ, ਉਹ ਅੱਜ ਤੇ ਚੰਗੇ ਕੱਪੜੇ ਪਾ ਕੇ ਆ, ਵੇਖ ਤੇਰੇ ਹਾਣੀਆਂ ਨੇ, ਦੇਖ ਤੇਰੇ ਮਿੱਤਰਾਂ ਨੇ ਕਿਵੇਂ ਚੰਗੇ ਚੰਗੇ ਸੋਹਣੇ ਸੋਹਣੇ ਕੱਪੜੇ ਪਾਏ ਨੇ, ਅਤੇ ਤੂੰ ਚੰਗੇ ਕੱਪੜੇ ਪਾ ਕੇ ਆ, ਤੇਰੇ ਫਟੇ ਪੁਰਾਣੇ ਕੱਪੜੇ, ਤੇਰੀਆਂ ਲੀਰਾਂ ਲਮਕਦੀਆਂ। ਬੱਚਾ ਉਦਾਸ ਹੋਇਆ, ਉਹਨਾਂ ਬੱਚਿਆਂ ਆਪਣੇ ਹਾਂਡੀਆਂ ਦੇ ਕਹੇ ਅਨੁਸਾਰ ਆਪਣੀ ਮਾਂ ਕੋਲ ਆ ਕੇ ਪਤਾ ਕੀ ਕਹਿੰਦਾ? ਰੋਂਦਾ ਹੋਇਆ, ਲਿਲਕੜੀਆਂ ਤੇ ਤਰਲੇ ਕਰਦਾ ਹੈ, ਆਖਣਦਾ, ਅੰਮਾ ਰੋਜ਼ ਤੂੰ ਮੈਨੂੰ ਇੱਕ ਗੱਲ ਤੂੰ ਸਮਝਾਉਂਦੀ, ਰੋਜ਼ ਮੈਂ ਤੇਰੇ ਨਾਲ ਗੱਲ ਕਰਨਾ, ਤੂੰ ਉਸ ਗੱਲ ਨੂੰ ਬੁਲਾ ਦੇਣੀ ਹੈ, ਤੂੰ ਉਸ ਗੱਲ ਨੂੰ ਅੱਗੇ ਪਿੱਛੇ ਕਰ ਦੇਣੀ ਹੈ। ਅੰਮਾ ਅੱਜ ਤੈਨੂੰ ਇੱਕ ਗੱਲ ਖੋਲਣੀ ਪਈ। ਬੇਟਾ ਤੂੰ ਕੀ ਚਾਹੁੰਦਾ? ਆਖਣਗੇ, ਅੰਮਾ ਮੈਂ ਜਦੋਂ ਵੀ ਤੈਨੂੰ ਪੁੱਛਣਾ ਬਾਪੂ ਕਿੱਥੇ ਹੈ, ਅੰਮਾ ਜਦੋਂ ਵੀ ਮੈਂ ਪੁੱਛਣਾ ਪਿਤਾ ਕਿੱਥੇ ਹੈ, ਤੂੰ ਕਹਿੰਦੀ ਹੈ ਕੰਮੇ ਗਿਆ ਹੋਇਆ, ਕੰਮੇ ਗਿਆ ਹੋਇਆ। ਅੱਜ 12 ਵਰੇ ਹੋ ਗਏ ਮੈਨੂੰ, ਤੇ ਉਹ ਬਾਪੂ ਪਤਾ ਨਹੀਂ ਆਇਆ ਨਹੀਂ, ਉਹ ਕਿਹੜੇ ਕੰਮ ਤੇ ਗਿਆ? ਬੇਟਾ ਪੁੱਤਰ ਨੂੰ ਵੈਰਾਗੀ ਤੱਕ ਕੇ, ਪੁੱਤਰ ਨੂੰ ਰੋਂਦਿਆਂ ਤੱਕ ਕੇ, ਆਖਣਗੇ, ਬੇਟਾ ਤੂੰ ਪੁੱਛਣਾ ਕਿਉਂ ਚਾਹੁੰਦਾ? ਕਿਸ ਕਾਰਨ ਕਰਕੇ ਤੂੰ ਪੁੱਛਣਾ ਬਾਪੂ ਨੂੰ? ਆਖਣਗੇ, ਅੱਜ ਮੈਂ ਖੇਡਦਾ ਪਿਆ ਸਾਂ, ਅੱਜ ਵਿਸਾਖੀ ਦਾ ਤਿਉਹਾਰ, ਤੇ ਮੇਰੇ ਹਾਣੀਆਂ ਨੇ ਮੈਨੂੰ ਟੋਕ ਦਿੱਤਾ, ਮੇਰੇ ਹਾਣੀਆਂ ਨੇ ਮੈਨੂੰ ਠੁਕਰਾ ਦਿੱਤਾ। ਆਖਣਗੇ, ਜਾ ਆਪਣੇ ਬਾਪੂ ਕੋਲੋਂ ਕੱਪੜੇ ਲੈ ਕੇ ਆ, ਆਪਣੇ ਬਾਪੂ ਕੋਲੋਂ ਸੋਹਣੇ ਸੋਹਣੇ ਖਿਡੌਣੇ ਤੇ ਵਸਤੂਆਂ ਲੈ ਕੇ ਆ। ਇਸ ਕਰਕੇ ਅੰਮਾ ਅੱਜ ਤੈਨੂੰ ਦੱਸਣਾ ਪਏਗਾ ਬਾਪੂ ਹੈ ਕਿੱਥੇ।
ਤੇ ਮਾਂ ਨੇ ਜਦੋਂ ਪੁੱਛਣਾ ਨਾ ਬੱਚੇ ਨੇ, ਇਹੀ ਕਹਿ ਦੇਣਾ ਕਿ ਬਾਪੂ ਕੰਮੇ ਗਿਆ, ਬਾਪੂ ਪਰਦੇਸ ਗਿਆ, ਬਾਪੂ ਦੂਰ ਗਿਆ ਹੋਇਆ, ਬਾਪੂ ਬਹੁਤ ਸਮੇਂ ਤੋਂ ਗਿਆ ਹੋਇਆ। ਤੇ ਬੱਚਾ ਜਿੱਦੀ ਪੈ ਗਿਆ, ਬੱਚਾ ਹੱਠੀ ਪੈ ਗਿਆ, ਆਖਣਗੇ ਅੰਮਾ ਤੈਨੂੰ ਅੱਜ ਦੱਸਣਾ ਪਏਗਾ ਮੇਰਾ ਪਿਤਾ ਹੈ ਕਿੱਥੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਉਹ ਪਰਮਾਤਮਾ ਵੀ ਪਿਤਾ ਜੇ ਸਾਡਾ, ਉਹ ਪਰਮਾਤਮਾ ਵੀ ਸਾਡਾ ਬਾਪੂ ਜੇ। ਤੇ ਜਿਹਨਾਂ ਨੇ ਰੱਬ ਨੂੰ ਪਿਤਾ ਬਣਾ ਲਿਆ, ਜਿਹਨਾਂ ਨੇ ਰੱਬ ਨੂੰ ਬਾਪੂ ਬਣਾ ਲਿਆ, ਉਹਨਾਂ ਨੂੰ ਕਿਸੇ ਗੱਲ ਦਾ ਫਿਰ ਘਾਟਾ ਨਹੀਂ ਆਉਂਦਾ ਬੇਟਾ। ਇਸ ਕਰਕੇ ਪੁੱਛਣਾ ਹਾਂ। ਤੇ ਮਾਂ ਪਿਤਾ ਕੀ ਆਖਣਗੇ, ਆਖਣਗੇ ਹੁਣ ਇਹਨੂੰ ਮੈਨੂੰ ਕੁਝ ਦੱਸਣਾ ਹੀ ਪੈਣਾ, ਹੁਣ ਇਹਦੇ ਕੋਲ ਮੈਨੂੰ ਪੱਲਾ ਛੁਡਾਉਣਾ ਹੀ ਪੈਣਾ। ਇਹ ਰੋਜ਼ ਪੁੱਛਦਾ, ਮੈਂ ਰੋਜ਼ ਝੂਠ ਬੋਲ ਛੱਡਦੀ ਹਾਂ, ਇਹ ਰੋਜ਼ ਪੁੱਛਦਾ, ਮੈਂ ਰੋਜ਼ ਅੱਗੇ ਪਿੱਛੇ ਕਰ ਦਿੰਦੀ ਹਾਂ, ਅੱਜ ਇਹਨੂੰ ਦੱਸਣਾ ਪਏਗਾ। ਤੇ ਮਾਂ ਦੀ ਗੱਲ ਜਿਹੜੀ ਸੀ ਨਾ, ਉਹ ਬੜੀ ਇੱਕ ਲਾਹੇਵੰਦ ਸੀ। ਮਾਂ ਦੀ ਗੱਲ ਇੱਕ ਬੜੀ ਪਾਏਦਾਰ ਗੱਲ ਸੀ। ਜਦੋਂ ਬੱਚਾ ਪੁੱਛਦਾ ਮੇਰਾ ਪਿਤਾ ਕਿੱਥੇ ਹੈ, ਤੇ ਮਾਂ ਆਖਣਗੀ ਪੁੱਤਰ ਬਾਪੂ ਤੇਰਾ ਸੱਚਖੰਡ ਗਿਆ ਹੋਇਆ। ਗੱਲ ਬੜੀ ਸੁਣਨ ਵਾਲੀ ਗਈ, ਆਖਣੇ ਸੱਚਖੰਡ ਗਿਆ। ਹੁਣ ਬੱਚੇ ਨੂੰ ਨਹੀਂ ਪਤਾ ਕਿ ਸੱਚਖੰਡ ਕਿਵੇਂ ਜਾਈਦਾ, ਮਰ ਕੇ ਜਾਈਦਾ। ਤੇ ਬੱਚਾ ਇਹਨੂੰ ਪਤਾ ਹੀ ਨਹੀਂ, ਉਹ ਇਹ ਸਮਝਦਾ ਕਿ ਸੱਚਖੰਡ ਕਿਸੇ ਥਾਂ ਦਾ ਨਾਂ ਹੈ, ਕਿਸੇ ਪਿੰਡ ਦਾ, ਕਿਸੇ ਸ਼ਹਿਰ ਦਾ ਨਾਂ ਹੈ। ਆਖਣ ਕੇ ਬਾਪੂ ਸੱਚਖੰਡ ਗਿਆ। ਹਾਂ ਤੇ ਪੁੱਤਰ ਉਹ ਸੱਚਖੰਡ ਗਿਆ ਹੋਇਆ। ਤੇ ਮਾਂ ਕੋਲੋਂ ਉੱਠਿਆ ਤੇ ਬਾਹਰ ਆ ਗਿਆ। ਪਗਡੰਡੀ ਤੇ ਇੱਕ ਰਸਤੇ ਤੇ ਆ ਕੇ ਦੁਨੀਆਂ ਜਾ ਰਹੀ ਹੈ, ਮਖਲੂਕਾਤ ਜਾ ਰਹੀ ਹੈ, ਉਹਨਾਂ ਨੂੰ ਪੁੱਛਣ ਲੱਗਾ ਉਹ ਤੁਹਾਡੇ 'ਚੋਂ ਕੋਈ ਸੱਚਖੰਡ ਜਾਂਦਾ, ਤੁਹਾਡੇ ਇਨਸਾਨਾਂ 'ਚ ਕੋਈ ਸੱਚਖੰਡ ਜਾਂਦਾ, ਤੇ ਮੇਰਾ ਬਾਪੂ ਸੱਚਖੰਡ ਗਿਆ ਹੋਇਆ ਜੇ, ਉਹਦੇ ਵਾਲੇ ਸੁਨੇਹਾ ਲੈ ਜਾਓ ਕਿ ਤੇਰਾ ਪੁੱਤਰ ਯਾਦ ਕਰਦਾ ਤੇ ਮੈਂ ਤੈਨੂੰ ਆਪ ਸੁਨੇਹਾ ਭੇਜਦਾ ਪਿਆ। ਤੇ ਜਿਸ ਇਨਸਾਨ ਨੂੰ ਇਹ ਬੱਚਾ ਪੁੱਛਦਾ ਨਾ ਸੱਚਖੰਡ ਦਾ ਰਸਤਾ, ਉਹ ਇਨਸਾਨ ਪਤਾ ਕੀ ਕਹਿੰਦਾ, ਇਹ ਝੱਲਾ ਹੈ, ਇਹ ਬਾਵਰਾ ਹੈ, ਇਹ ਪਾਗਲ ਹੈ। ਪਤਾ ਕਿਉਂ? ਉਹ ਸੱਚਖੰਡ ਵੀ ਕੋਈ ਜਾਂਦਾ, ਤੇ ਜੇ ਕੋਈ ਸੱਚਖੰਡ ਗਿਆ ਤੇ ਮੁੜ ਕੇ ਕਦੀ ਆਇਆ? ਇਹ ਬੱਚਾ ਪਾਗਲ ਹੈ, ਝੱਲਾ ਹੈ। ਤੇ ਜਦੋਂ ਲੋਕਾਂ ਨੇ ਇਹਨੂੰ ਪਾਗਲ ਝੱਲਾ ਆਖਿਆ ਤੇ ਮੁੜ ਵਾਪਸ ਆ ਗਿਆ, ਆਖਣਗੇ ਅੰਮਾ ਤੂੰ ਕਹਿੰਦੀ ਇਹ ਸੱਚਖੰਡ ਗਿਆ ਹੋਇਆ, ਤੇ ਮੈਂ ਜਿਸ ਬੰਦੇ ਕੋਲ ਪੁੱਛਣਾ ਉਹ ਇਹੀ ਕਹਿੰਦਾ ਇਹ ਝੱਲਾ ਹੈ, ਇਹ ਪਾਗਲ ਹੈ, ਇਹ ਬਾਵਰਾ ਹੈ। ਬੇਟਾ ਇਹ ਗੱਲ ਨਾ ਕਰ। ਆਖਣਗੇ ਕਿਉਂ? ਆਖਣਗੇ ਬੇਟਾ ਸੱਚਖੰਡ ਨਾ ਜਾਈ, ਸੱਚਖੰਡ ਜਿਹੜਾ ਜਾਂਦਾ ਉਹ ਮੁੜ ਕੇ ਨਹੀਂ ਆਉਂਦਾ, ਤੇ ਪੁੱਤਰ ਤੂੰ ਸੱਚਖੰਡ ਦਾ ਮੁੜ ਕੇ ਨਾ ਲੈ ਲਈ। ਇੱਕੋ ਇੱਕ ਤੇ ਤੂੰ ਮੇਰਾ ਆਸਰਾ ਹੈ, ਇੱਕੋ ਇੱਕ ਤੇ ਡੰਗੋਰੀ ਹੈ, ਸਾਈਂ ਚਲਾ ਗਿਆ, ਪਤੀ ਚਲਾ ਗਿਆ ਉਹ ਪਰਮਾਤਮਾ ਕੋਲ, ਪਰ ਤੂੰ ਤੇ ਮੇਰਾ ਆਸਰਾ, ਤੂੰ ਹੁਣ ਸੱਚਖੰਡ ਜਾਣ ਦਾ ਨਾਮ ਲੈ। ਆਖਣਗੇ ਫਿਰ ਬਾਪੂ ਮੇਰਾ ਪਿਤਾ ਨਹੀਂ ਮਿਲੇਗਾ, ਮੈਂ ਪਿਤਾ ਕੋਲ ਚੀਜ਼ਾਂ ਨਹੀਂ ਲਵਾਂਗਾ, ਮੈਂ ਆਪਣੇ ਪਿਤਾ ਕੋਲ ਵਸਤੂਆਂ ਨਹੀਂ ਲਵਾਂਗਾ। ਮਾਂ ਚੰਗੀ ਸੀ, ਸਿਆਣੀ ਸੀ, ਉਹ ਆਖਣਗੀ ਬੇਟਾ ਇਸ ਬਾਪੂ ਨੇ ਮੁੜ ਕੇ ਨਹੀਂ ਆਉਣਾ, ਇਹ ਬਾਪੂ ਰੁੱਸ ਗਿਆ, ਇਹ ਬਾਪੂ ਚਲਾ ਗਿਆ। ਆ ਮੈਂ ਤੈਨੂੰ ਇੱਕ ਐਸਾ ਬਾਪੂ ਦੱਸਾਂ ਜਿਹਦੇ ਨਾਲ ਪਿਆਰ ਕਰਿਆ ਸਭ ਕੁਝ ਮਿਲਦਾ, ਜਿਹਦੇ ਨਾਲ ਪਿਆਰ ਕਰਿਆ ਸਾਰੀਆਂ ਦਾਤਾਂ ਮਿਲਦੀਆਂ। ਇਸ ਕਰਕੇ ਬੇਟਾ ਆ ਉਸ ਸੱਚੇ ਪਿਤਾ ਨਾਲ ਪਿਆਰ ਕਰੀਏ। ਆਖਣਗੇ ਅੰਮਾ ਉਹ ਕਿਹੜਾ ਪਿਤਾ? ਆਖਣਗੇ ਜਿਸ ਪਿਤਾ ਨੂੰ ਅਸੀਂ ਰੋਜ਼ ਯਾਦ ਕਰਦੇ ਹਾਂ। ਇਹ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਲੀ। ਸੱਚੇ ਪਿਤਾ ਨਾਲ ਆਖਣਗੇ ਅੰਮਾ ਜੇ ਮੈਂ ਉਸ ਪਿਤਾ ਨਾਲ ਪਿਆਰ ਕਰਾਂ ਤੇ ਮੈਨੂੰ ਕੱਪੜੇ ਦੇਗਾ, ਮੈਨੂੰ ਦਾਤਾਂ ਦੇਗਾ, ਮੈਨੂੰ ਪਦਾਰਥ ਦੇਗਾ? ਆਖਣਗੇ ਬੇਟਾ ਜ਼ਰੂਰ ਦੇਗਾ। ਮਾਂ ਫਿਰ ਮੈਂ ਕਿਵੇਂ ਯਾਦ ਕਰਾਂ? ਮਾਂ ਮੈਂ ਕਿਵੇਂ ਫਿਰ ਉਹਨੂੰ ਮਿਲਾਂ? ਮਾਂ ਕਿਵੇਂ ਮਿਲਦਾ? ਆਖਣਗੇ ਬੇਟਾ ਜੇ ਉਹ ਸੱਚੇ ਬਾਪੂ ਨੂੰ ਮਿਲਣਾ ਹੀ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਚੌਕੜਾ ਮਾਰ ਕੇ ਧੁਨੀ ਲਾਇਆ ਕਰ, ਸਤਨਾਮ ਸ੍ਰੀ ਵਾਹਿਗੁਰੂ। ਇਹ ਧੁਨੀ ਲਾਏਗਾ, ਇਹ ਤੂੰ ਪਿਆਰ ਕਰੇਗਾ ਤੇ ਤੈਨੂੰ ਉਹ ਸੱਚਾ ਬਾਪੂ ਮਿਲੇਗਾ। ਇਕਾਗਰਤਾ, ਗੱਲ ਬੜੀ ਸੁੰਦਰ ਕਹਿ ਰਿਹਾ।
ਹੋ ਸਕਦਾ ਉਹ ਤੁਸੀਂ ਇਤਿਹਾਸ ਸੁਣਿਆ ਹੋਵੇ, ਪਰ ਮੈਂ ਤੁਹਾਨੂੰ ਇਹ ਪੰਜਾਬ ਦੀ ਗਾਥਾ, ਮੈਂ ਤੁਹਾਨੂੰ ਇਹ ਪੰਜਾਬ ਦਾ ਵਾਤਾਵਰਨ, ਮੈਂ ਤੁਹਾਨੂੰ ਪੰਜਾਬ ਦੇ ਇੱਕ ਮਹਾਨ ਸਿੱਖ ਦਾ ਜੀਵਨ ਦੱਸ ਰਿਹਾ, ਜਿਹਨੇ ਰੱਬ ਕੋਲੋਂ ਜੋ ਮੰਗਿਆ ਉਹ ਮਿਲ ਗਿਆ, ਜਿਹਨੇ ਰੱਬ ਕੋਲੋਂ ਜੋ ਦਾਤ ਮੰਗੀ ਉਹ ਮਿਲ ਗਈ। ਇੱਕ ਵਾਰੀ ਬੋਲੋ ਸਤਨਾਮ। ਜਿਸ ਵਕਤ ਜਿਹੜੀ ਗੱਲ ਮੈਂ ਆਪਦੇ ਸਾਹਮਣੇ ਕਹਿ ਰਿਹਾ, ਉਸ ਬੱਚੇ ਨੇ ਆਪਣੀ ਮਾਂ ਦੇ ਕਹਿ ਅਨੁਸਾਰ, ਆਪਣੀ ਮਾਂ ਦੇ ਹੁਕਮ ਅਨੁਸਾਰ ਅੰਮ੍ਰਿਤ ਵੇਲੇ ਉੱਠਣਾ, ਅਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਚੌਕੜਾ ਮਾਰ ਕੇ ਬਹਿ ਜਾਣਾ, ਅਤੇ ਸਤਨਾਮ ਸ਼੍ਰੀ ਵਾਹਿਗੁਰੂ ਦੀ ਧੁਨੀ ਉਚਾਰਨ ਕਰਨਾ, ਜਿਵੇਂ ਮਾਂ ਨੇ ਆਖਿਆ ਉਵੇਂ ਹੀ ਯਾਦ ਕਰਨਾ, ਜਿਵੇਂ ਮਾਂ ਨੇ ਦੱਸਿਆ ਉਵੇਂ ਹੀ ਸਿਮਰਨ ਕਰਨਾ। ਅਤੇ ਸਿਮਰਨ 'ਚ ਤਾਕਤ ਜੇ, ਸਿਮਰਨ 'ਚ ਭਗਤੀ 'ਚ ਤਾਕਤ ਹੈ, ਜੋ ਪਰਮਾਤਮਾ ਕੋਲ ਮੰਗੀਏ ਮਿਲਦਾ। ਜਦੋਂ ਇਹ ਬੱਚਾ ਯਾਦ ਕਰਨ ਲੱਗਾ, ਜਦੋਂ ਇਹ ਬੱਚਾ ਸਿਮਰਨ ਕਰਨ ਲੱਗਾ, ਇਹਦੇ ਕੰਨਾਂ 'ਚ ਪਤਾ ਕੀ ਆਵਾਜ਼ ਆਈ, ਪਰਮਾਤਮਾ ਨੇ ਆਵਾਜ਼ ਭੇਜੀ, ਬੱਚਾ ਸਦਕੇ ਆ, ਬੱਚਾ ਕੁਰਬਾਨ ਆ, ਪੁੱਤਰ ਮੇ ਆਇਆ, ਬੱਚੇ ਮੇ ਆਇਆ। ਅਤੇ ਬੱਚੇ ਨੇ ਜਦੋਂ ਅੱਖਾਂ ਖੋਲੀਆਂ, ਅੱਗੇ ਪਿੱਛੇ ਝਾਕਣਾ ਤੇ ਕੱਖ ਨਜ਼ਰ ਨਹੀਂ ਆਉਣਾ, ਅਤੇ ਆਪਣੀ ਮਾਂ ਨੂੰ ਆ ਕੇ ਆਖਣਗਾ, ਅੰਮਾ ਤੂੰ ਮੈਨੂੰ ਕਹਿੰਦੀ ਮੈਂ ਵਾਹਿਗੁਰੂ ਜਪਣਾ, ਮੈਂ ਵਾਹਿਗੁਰੂ ਸਿਮਰਨਾ, ਪਰ ਮੈਂ ਜਦੋਂ ਵਾਹਿਗੁਰੂ ਸਿਮਰਨਾ ਤੇ ਮੇਰੇ ਅੰਦਰ ਇੱਕ ਆਵਾਜ਼ ਆਉਂਦੀ ਹੈ, ਮੇਰੇ ਕੰਨਾਂ 'ਚ ਆਵਾਜ਼ ਪੈਂਦੀ ਹੈ, ਬੇਟਾ ਮੈਂ ਆਇਆ, ਪੁੱਤਰ ਮੈਂ ਆਇਆ। ਪਰ ਮਾਂ ਜਦੋਂ ਮੈਂ ਅੱਖਾਂ ਖੋਲਣਾ ਮੈਨੂੰ ਦਿਸਦਾ ਨਹੀਂ, ਇਹ ਤਾਂ ਉਹਨਾਂ ਨੂੰ ਦਿਸਦਾ ਜਿਹਨਾਂ ਦੇ ਨੇਤਰ ਸ਼ੁੱਧ ਹੋ ਜਾਣ, ਇਹ ਤਾਂ ਉਹਨਾਂ ਨੂੰ ਮਿਲਦਾ ਜਿਹਨਾਂ ਦੇ ਨੇਤਰ ਪਵਿੱਤਰ ਹੋਣ। ਤੇ ਜਿਹਨਾਂ ਦੇ ਨੇਤਰ ਪਵਿੱਤਰ ਹੋ ਜਾਣ ਉਹਨਾਂ ਨੂੰ ਅੱਖਾਂ ਖੋਲਣ ਦੀ ਲੋੜ ਨਹੀਂ, ਉਹ ਤੇ ਘਰ ਵਿੱਚੋਂ ਹੀ ਅੰਮ੍ਰਿਤ ਦੇ ਦਰਸ਼ਨ ਹੋ ਜਾਂਦੇ, ਘਰ ਵਿੱਚੋਂ ਹੀ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ। ਇੱਕ ਵਾਰੀ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰਿਆਂ ਨੂੰ ਆਖਿਆ ਢਿੱਲੇ ਪੈ ਜਾਂਦੇ, ਜਦੋਂ ਤੂੰ ਢਿੱਲੇ ਪੈ ਜਾਣਾ ਮੈਂ ਸਮਝਦਾ ਗੁਰਦੁਆਰੇ ਨੂੰ ਬੈਠ ਗਏ, ਇਹ ਘਰ ਚਲੇ ਗਏ, ਸਰੀਰ ਦੀ ਹਾਜ਼ਰੀ ਨਹੀਂ। ਮਤਾ ਤੁਸੀਂ ਆਖੋ ਸਾਡੇ ਬੁੱਤ ਇੱਥੇ ਬੈਠੇ ਨੇ, ਸਾਰਾ ਸਰੀਰ ਇੱਥੇ ਹੈ, ਸਰੀਰ ਦੀ ਹਾਜ਼ਰੀ ਨੂੰ ਗੁਰੂ ਨੇ ਨਹੀਂ ਮੰਨਿਆ, ਗੁਰੂ ਨੇ ਮਨ ਦੀ ਹਾਜ਼ਰੀ ਨੂੰ ਮੰਨਿਆ। ਇਸ ਕਰਕੇ ਮਨ ਕਰਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੱਲ ਪੂਰੀ ਕਰ ਦਿੱਤੀ, ਬੱਚੇ ਨੇ ਯਾਦ ਕੀਤਾ ਤੇ ਮਾਂ ਨੂੰ ਸਾਰੀ ਗੱਲ ਦੱਸੀ। ਮਾਂ ਆਖਣ ਲੱਗੀ, ਮਨ 'ਚ ਸੋਚਣ ਲੱਗੀ ਕਿ ਬੱਚੇ ਜਿਹੜੇ ਇਸ ਯਾਦ 'ਚ ਤਾਕਤ ਆ ਗਈ, ਪੁੱਤਰ ਜਿਹੜਾ ਸਿਮਰਦਾ ਪਿਆ, ਹੋਵੇ ਨਾ ਹੋਵੇ ਕਿਤੇ ਪਰਮਾਤਮਾ ਦਾ ਦਰਸ਼ਨ ਇਹਨੂੰ ਹੋ ਨਾ ਜਾਵੇ, ਹੋਵੇ ਨਾ ਹੋਵੇ ਕਿਤੇ ਰੱਬ ਆ ਹੀ ਨਾ ਜਾਵੇ। ਅਤੇ ਆਖਣਗੇ ਬੇਟਾ ਜੇ ਤੂੰ ਯਾਦ ਕਰਦਾ ਤੇ ਪਰਮਾਤਮਾ ਆਵੇਗਾ, ਵਾਹਿਗੁਰੂ ਆਵੇਗਾ। ਪਰ ਅੰਮਾ ਮੈਂ ਪਛਾਣਾਂਗਾ ਕਿਵੇਂ, ਅੰਮਾ ਮੈਂ ਉਹਨਾਂ ਨੂੰ ਸਮਝਾਂਗਾ ਕਿਵੇਂ ਜੇ ਉਹ ਆ ਵੀ ਜਾਣ। ਇੱਥੇ ਫਿਰ ਸੱਚੀ ਮਾਂ ਨੇ, ਉਸ ਨੇਕ ਮਾਂ ਨੇ ਪਤਾ ਕੀ ਆਖਿਆ, ਆਖਣਗੇ ਬੇਟਾ ਜੇ ਉਹ ਆ ਜਾਣ ਤੇ ਉਹਨਾਂ ਦਾ ਰੂਪ ਆਈ ਕੀ, ਉਹ ਇਸ ਵੇਲੇ ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਮਾਲਕ ਨੇ, ਉਹਨਾਂ ਦਾ ਨਾਂ ਹੀ ਮੇਰੀ ਪੀਰੀ ਦਾ ਮਾਲਕ, ਉਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ। ਤੇ ਉਹਨਾਂ ਦੇ ਜਗ੍ਹਾ ਤੇ ਕਲਗੀ ਲੱਗੀ ਆ, ਹੱਥ ਵਿੱਚ ਬਾਜੀ, ਕਮਰ ਨਾਲ ਦੋ ਤਲਵਾਰਾਂ ਨੀ, ਉੱਚਾ ਉਹਨਾਂ ਦਾ ਸਰੀਰ ਆ, ਤੇ ਭੁਜਾ ਬਾਹਾਂ ਲੰਬੀਆਂ ਨੇ, ਤੇ ਚੌੜੀ ਛਾਤੀ ਆ, ਜਿਵੇਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮੁਤਲਕ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਈ। ਪੰਜਾਂ ਤੋਂ ਬਾਅਦ ਛੱਟਵੇਂ ਗੁਰੂ ਨੂੰ ਭਾਈ ਗੁਰਦਾਸ ਨੇ ਭਾਰੀ ਗੁਰੂ ਆਖਿਆ, ਭਾਰੀ ਗੁਰੂ ਦਾ ਮਤਲਬ ਅੱਗੇ ਜਾ ਕੇ ਖੁਲਾਸਾ ਕਰਦੇ, ਛੱਟੋ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਅਗਲੀ ਗੱਲ ਖੁਲਾਸਾ ਕਰਦੇ, ਦਲ ਭੰਜਨ ਗੁਰ ਸੂਰਮਾ, ਗੁਰੂ ਹਰਗੋਬਿੰਦ ਪਾਤਸ਼ਾਹ ਦਲਾਂ ਦਾ ਖਤਮ ਕਰਨ ਵਾਲੇ, ਨਾਸ ਕਰਨ ਵਾਲੇ ਜੁਰਮਾਂ ਦਾ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰਉਪਕਾਰੀ। ਗੁਰੂ ਹਰਗੋਬਿੰਦ ਪਾਤਸ਼ਾਹ ਵੱਡਾ ਵੀ, ਜੋਧਾ ਵੀ, ਤੇ ਪਰਉਪਕਾਰੀ ਵੀ, ਤੇ ਦਲ ਭੰਜਨ ਗੁਰੂ ਵੀ ਉਹਨਾਂ ਨੂੰ ਆਖਿਆ। ਇੱਕ ਵਾਰੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬੇਟਾ ਆ ਉਹਨਾਂ ਦੀ ਸੂਰਤ ਹੀ, ਬੇਟਾ ਆ ਉਹਨਾਂ ਦੀ ਨੁਹਾਰੀ, ਬੇਟਾ ਹੁਣ ਤੂੰ ਅੱਖਾਂ ਦੇ ਵਿੱਚ ਟਿਕਾ ਲੈ,
ਬੇਟਾ ਤੂੰ ਨੇਤਰਾਂ ਦੇ ਵਿੱਚ ਟਿਕਾ ਲੈ, ਜੇ ਤੂੰ ਪਿਆਰ ਨਾਲ ਯਾਦ ਕਰੇਗਾ, ਜੇ ਤੂੰ ਸ਼ਰਧਾ ਤੇ ਭਾਵਨਾ ਨਾਲ ਯਾਦ ਕਰੇਗਾ ਤੇ ਗੁਰੂ ਜ਼ਰੂਰ ਆਵੇਗਾ। ਇਹ ਮੈਂ ਤੈਨੂੰ ਦਾਅਵੇ ਨਾਲ ਕਹਿੰਦੀ ਹਾਂ, ਤੇਰੇ ਪਿਆਰ 'ਚ ਤਾਕਤ ਹੋਵੇਗੀ, ਤੇਰੇ ਪਿਆਰ 'ਚ ਉਹ ਸ਼ਕਤੀ ਆਵੇਗੀ, ਤੇ ਗੁਰੂ ਤੇਰੇ ਕੋਲ ਖਿੱਚਿਆ ਹੋਇਆ ਆਵੇਗਾ। ਇਹ ਬਚਨ ਕਹਿ ਦਿੱਤੇ ਆਪਣੇ ਪੁੱਤਰ ਨੂੰ, ਆਪਣੇ ਬੇਟੇ ਨੂੰ। ਬੇਟੇ ਨੇ ਉਹ ਸਾਰੀ ਸੂਰਤ ਆਪਣੇ ਨੇਤਰਾਂ 'ਚ ਟਿਕਾ ਲਈ ਜੋ ਮਾਂ ਨੇ ਤਸਵੀਰ ਨੁਹਾਰ ਖਿੱਚੀ, ਜੋ ਜਲਵਾ ਦੱਸਿਆ। ਅਤੇ ਬੇਟੇ ਨੇ ਪਤਾ ਕੀ ਆਖਿਆ, ਅੰਮਾ ਜੇ ਮੈਂ ਆ ਜਾਵਾਂ ਤਾਂ ਉਹਨਾਂ ਨੂੰ ਮੱਥਾ ਕਿਵੇਂ ਟੇਕਾਂਗਾ। ਆਖਣਗੇ, ਬੇਟਾ ਇਹ ਇੱਕ ਸਿੱਖ ਦੀ ਭਾਵਨਾ ਹੁੰਦੀ ਹੈ, ਜਦੋਂ ਵੀ ਆਪਣੇ ਗੁਰੂ ਨੂੰ, ਆਪਣੇ ਮੁਰਸ਼ਦ ਨੂੰ ਮੱਥਾ ਟੇਕਣਾ, ਇੱਕ ਰੁਪਈਆ ਅਤੇ ਗੁਰ ਦੀ ਢੇਰੀ। ਇਹ ਪੁਰਾਣੀ ਭੇਟਾ ਜੀ, ਇਹ ਗੁਰੂਆਂ ਦੇ ਵੇਲੇ ਤੋਂ ਸਿੱਖ, ਗਰੀਬ ਤੋਂ ਗਰੀਬ ਅਤੇ ਅਮੀਰ ਤੋਂ ਅਮੀਰ ਸਿੱਖ ਵੀ ਇੱਕ ਰੁਪਈਆ ਅਤੇ ਗੁਰ ਦੀ ਢੇਰੀ। ਤੁਸੀਂ ਹੁਣ ਵੀ ਪੰਜਾਬ ਵਿੱਚ ਤੱਕਦੇ ਰਹੋ, ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਧਰਮਸ਼ਾਲਾ 'ਚ ਜਾਣਾ, ਇੱਕ ਰੁਪਈਆ ਅਤੇ ਗੁਰ ਦੀ ਢੇਰੀ ਜ਼ਰੂਰ ਮੱਥਾ ਟੇਕੋ। ਬੇਟਾ ਇਹ ਗੁਰੂ ਦੇ ਕਦਮਾਂ 'ਚ ਮੱਥਾ ਟੇਕਣੀ ਆ। ਫਿਰ ਇੱਕ ਹੋਰ ਗੱਲ, ਜਦੋਂ ਤੂੰ ਗੁਰੂ ਦੇ ਕਦਮਾਂ 'ਤੇ ਮੱਥਾ ਟੇਕਣਾ ਨਾ, ਇੱਕ ਰੁਪਈਆ ਅਤੇ ਗੁਰ ਦੀ ਢੇਰੀ, ਉਦੋਂ ਗੁਰੂ ਨੇ ਤੇਰੇ ਸਿਰ 'ਤੇ ਹੱਥ ਰੱਖ ਕੇ ਪਤਾ ਕੀ ਕਹਿਣਾ, ਨਿਹਾਲ ਨਿਹਾਲ ਨਿਹਾਲ, ਤਿੰਨ ਵਾਰੀ ਨਿਹਾਲ ਕਹਿਣਗੇ ਤੇ ਉਦੋਂ ਤੂੰ ਸਿਰ ਚੁੱਕੀ, ਪਹਿਲੇ ਨਾ ਸਿਰ ਚੁੱਕੀ। ਇਹ ਬੱਚਾ ਇਉਂ ਪੜ੍ਹਦਾ ਪਿਆ ਜਿਵੇਂ ਮਾਸਟਰ ਪੜ੍ਹਾਉਂਦਾ, ਤੇ ਮਾਂ ਇਵੇਂ ਦੱਸਦੀ ਹੈ ਜਿਵੇਂ ਮਾਸਟਰ ਪੜ੍ਹਾਉਂਦਾ ਬੱਚੇ ਨੂੰ। ਤੇ ਬੱਚਾ ਪਤਾ ਕੀ ਆਖਣਗੇ, ਆਖਣਗੇ, ਅੰਮਾ ਇਹ ਤੇ ਤੂੰ ਸਾਰਾ ਕੁਝ ਦੱਸ ਦਿੱਤਾ, ਕੱਢ ਰੁਪਈਆ ਤੇ ਕੱਢ ਗੁੜ ਦੀ ਢੇਰੀ, ਮੈਨੂੰ ਲਿਆ ਕੇ। ਹੋ ਸਕਦਾ ਗੁਰੂ ਕੱਲ ਹੀ ਆ ਜਾਵੇ, ਹੋ ਸਕਦਾ ਮੁਰਸ਼ਦ ਫੇਰ ਜਲਦੀ ਆ ਜਾਵੇ, ਇਸ ਕਰਕੇ ਅੰਮਾ ਛੇਤੀ ਕਰ, ਅੰਮਾ ਜਲਦੀ ਕਰ, ਇਹ ਗੁੜ ਦੀ ਢੇਰੀ ਤੇ ਕਿਰਪਿਆ ਲਿਆ। ਤੇ ਬੱਚੇ ਨੇ ਜਦੋਂ ਆਖਿਆ ਤੇ ਮਾਂ ਪਤਾ ਕੀ ਕਹਿੰਦੀ, ਬੇਟਾ ਕਿੱਥੋਂ ਲਿਆਵਾਂ ਗੁੜ ਦੀ ਢੇਰੀ, ਮਸਾਂ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ ਤੇ ਮਸਾਂ ਹੀ ਰੋਜ਼ ਦੀ ਰੋਟੀ ਤਾਜ਼ੀ ਕਮਾਉਂਦੇ, ਮੈਂ ਭਾਂਡੇ ਮਾਣ ਕੇ ਆਉਂਦੀ ਹਾਂ, ਮੈਂ ਲੋਕਾਂ ਦੀ ਚੱਕੀ ਪੀ ਕੇ ਤੈਨੂੰ ਰੋਟੀ ਦੇਣੀ ਹਾਂ, ਤੇ ਕਿੱਥੋਂ ਰੁਪਈਆ ਲਿਆਵਾਂ। ਉਹਨਾਂ ਸਮਿਆਂ 'ਚ ਇੱਕ ਰੁਪਈਆ ਬੜੀ ਵੱਡੀ ਦਾਤ ਸੀ। ਪਰ ਬੱਚਾ ਪਤਾ ਕੀ ਕਹਿੰਦਾ, ਆਖਣਗੇ, ਅੰਮਾ ਇਹ ਤੈਨੂੰ ਰੁਪਈਆ ਲਿਆ ਕੇ ਦੇਣਾ ਪਏਗਾ। ਬੱਚਾ ਰੋਣ ਲੱਗ ਪਿਆ, ਕਹਿੰਦੇ ਨੇ ਕਿ ਤਿੰਨ ਹੱਠ ਹਨ, ਇੱਕ ਹੱਠ ਹੈ ਰਾਜ, ਇੱਕ ਹੱਠ ਹੈ ਤ੍ਰਿਆ, ਇੱਕ ਹੱਠ ਹੈ ਬਾਲ। ਰਾਜਾ ਤੇ ਸਮਝਾਇਆ ਸਮਝ ਸਕਦਾ, ਰਾਜ ਹੱਠ, ਰਾਜੇ ਦਾ ਹੱਠ ਹੋਵੇ ਤੇ ਦੂਜੇ ਮੁਲਕਾਂ ਨੂੰ ਫਨਾ ਕਰ ਦੇਵੇ, ਉਹ ਵੀ ਸਮਝਿਆ ਸਮਝ ਸਕਦਾ। ਇੱਕ ਹੈ ਤ੍ਰਿਆ ਹੱਠ, ਜਿਵੇਂ ਕਿ ਸੀਤਾ ਨੇ ਹੱਠ ਕੀਤਾ ਸੀ ਕਿ ਸੋਨੇ ਦਾ ਹਿਰਨ ਹੈ, ਇਹ ਵੀ ਹੱਠ ਸੀ, ਸੋਨੇ ਦਾ ਹਿਰਨ ਕਦੇ ਨਹੀਂ ਹੁੰਦਾ, ਪਰ ਉਹਦੇ ਹੱਠ ਪਿੱਛੇ ਰਾਮ ਨੂੰ ਝੁਕਣਾ ਪਿਆ। ਇੱਕ ਹੈ ਬਾਲ ਹੱਠ, ਇਹ ਸਮਝਿਆ ਕਿ ਇਸਤਰੀ ਵੀ ਸਮਝ ਆਇਆ ਸਮਝ ਸਕਦੀ ਹੈ, ਪਰ ਜਿਹੜਾ ਬੱਚਾ ਹੈ ਇਹਨੂੰ ਕਹਿੰਦੇ ਨੇ ਅਣਜਾਣਾ ਹੱਠ। ਜਿਹੜੀ ਬੱਚੇ ਨੇ ਗੱਲ ਕਹਿ ਦਿੱਤੀ ਹੈ ਉਹ ਪੂਰਨ ਹੋਣੀ ਹੈ। ਬੱਚਾ ਹੱਠ ਕਰ ਬੈਠਾ, ਅੰਮਾ ਮੈਨੂੰ ਕਿਰਪੀਆ ਤੇ ਗੁੜ ਦੀ ਢੇਰੀ ਲਿਆ ਦੇ। ਮਾਂ ਨੇ ਬੱਚੇ ਨੂੰ ਰੋਂਦਿਆਂ ਤੱਕ ਕੇ ਨਾ ਆਪਣੇ ਪੜੋਸ ਤੇ ਚਲੀ ਗਈ, ਆਪਣੇ ਸ਼ਾਹੂਕਾਰ ਕੋਲ ਜਾ ਕੇ ਹੱਥ ਜੋੜ ਕੇ ਆਖਣਗੀ, ਸੇਠ ਜੀ ਮੈਂ ਤੁਹਾਡੇ ਕੋਲ ਮੰਗਤੀ ਬਣ ਕੇ ਆਈ ਹਾਂ, ਮੈਨੂੰ ਇੱਕ ਰੁਪਈਏ ਦੀ ਲੋੜ ਹੈ, ਇੱਕ ਗੁੜ ਦੀ ਢੇਰੀ ਦੀ ਲੋੜ ਹੈ, ਤੇ ਮੈਂ ਤੁਹਾਡੇ ਇਹ ਪੈਸੇ ਭਾਂਡੇ ਮਾਂਜ ਕੇ ਤੁਹਾਡਾ ਕਰਜ਼ਾ ਉਤਾਰ ਦਿਆਂਗੀ, ਮੈਂ ਤੁਹਾਡੇ ਘਰ ਦੀ ਚੱਕੀ ਪੀ ਕੇ ਰੁਪਇਆ ਉਤਾਰ ਦਿਆਂਗੀ, ਪਰ ਮੈਨੂੰ ਰੱਬ ਨੇ ਇੱਕੋ ਇੱਕ ਪੁੱਤ ਦਿੱਤਾ ਹੋਇਆ, ਉਹ ਜਿੱਦੀ ਪੈ ਗਿਆ, ਇਸ ਕਰਕੇ ਮੈਨੂੰ ਰੁਪਈਆ ਦਿਓ। ਸੇਠ ਦੇ ਮਨ 'ਚ ਦਇਆ ਤਰਸ ਤੇ ਰਹਿਮ ਆਇਆ, ਆਖਣਗੇ, ਭੈਣ ਉਹ ਬੀਬੀ ਤੂੰ ਅੱਜ ਤੱਕ ਮੇਰੇ ਘਰ ਆ ਕੇ ਇਹੋ ਜਿਹੀ ਫਰਿਆਦ ਨਹੀਂ ਕੀਤੀ, ਤੇ ਮੈਨੂੰ ਵੀ ਰੱਬ ਨੇ ਬੇਅੰਤ ਪਦਾਰਥ ਦਿੱਤੇ ਨੇ, ਪਰਮਾਤਮਾ ਨੇ ਬੇਅੰਤ ਪਦਾਰਥ ਦਿੱਤੇ ਨੇ, ਤੇ ਤੇਰਾ ਬੱਚਾ ਹੋ ਗਿਆ ਹੀ ਤਕੜਾ, 12-13 ਵਰਿਆਂ ਦਾ ਜਵਾਨ ਬੱਚਾ ਹੋ ਚੱਲਿਆ ਹੀ, ਇੰਜ ਕਰ, ਆਹ ਮੇਰੀ ਜ਼ਮੀਨ ਪਈ ਆ ਅਮਕੇ ਥਾਂ ਤੇ ਉਹ ਤੈਨੂੰ ਦਿੱਤੀ, ਤੇ ਆਹ ਮੇਰੇ ਕੋਲ 2 ਬੈਲ ਵੀ ਲੈ ਜਾ, ਅੱਜ ਤੋਂ ਬਾਅਦ ਮੰਗਿਆ ਨਾ ਕਰੋ, ਅੱਜ ਤੋਂ ਬਾਅਦ ਲੋਕਾਂ ਦੇ ਘਰ ਜਾ ਕੇ ਭਿੱਖਿਆ ਨਾ ਮੰਗਿਆ ਕਰ। ਉਹ ਭੈਣ ਬੀਬੀ ਇਹ ਪਰਮਾਤਮਾ ਦਾ ਦਿੱਤਾ ਹੋਇਆ ਮੈਂ ਤੈਨੂੰ ਦੇ ਰਿਹਾ, ਤੇ ਤੂੰ ਹੁਣ ਮਜ਼ਦੂਰੀ ਨਾ ਕਰਿਆ ਕਰ, ਆਪਣੇ ਬੱਚੇ ਨੂੰ ਕਹਿ ਵਾਹੀ ਕਰੇ ਤੇ ਆਪਣੀ ਖੇਤੀ ਤੋਂ ਕਮਾਈ ਕਰੇ। ਇੱਕ ਵਾਰੀ ਬੋਲੋ ਸਤਿਨਾਮ।
ਇੱਕ ਰੁਪਈਆ ਤੇ ਗੁੜ ਦੀ ਢੇਰੀ ਉਸ ਭੈਣ ਨੂੰ ਦੇ ਦਿੱਤੀ। ਉਹ ਲਿਆ ਲੈ ਉਹ ਬੱਧਾ ਰੱਖਿਆ ਗੁੜ ਤੇ ਲੋਕੀ ਉਹਨੂੰ ਭਾਈ ਪੱਲਾ ਹੀ ਪੈ ਗਿਆ। ਇਹਦਾ ਨਾਂ ਹੀ ਭਾਈ ਪੱਲਾ ਪੈ ਗਿਆ। ਪੰਜਾਬ ਵਿੱਚ ਇੱਕ ਥਾਂ ਜੇ ਮੈਂ ਖੁਲਾਸਾ ਕਰ ਲਿਆ ਤੇ ਲੋਕੀ ਨੂੰ ਭਾਈ ਪੱਲਾ ਹੀ ਕਹਿਣ ਲੱਗ ਪਏ। ਨਾ ਇਹਦਾ ਹੋਰ ਸੀ ਪਰ ਲੋਕੀ ਨੇ ਪੱਲੇ ਬੱਧਿਆ ਹੋਇਆ ਗੁੜ ਪੱਲੇ ਬੱਧੀ ਹੋਈ ਹੋ ਇੱਕ ਰੁਪਈਆ, ਇਸ ਕਰਕੇ ਲੋਕੀ ਸਾਰੇ ਨੂੰ ਭਾਈ ਪੱਲਾ ਹੀ ਕਹਿਣ ਲੱਗ ਪਏ ਤੇ ਗੁਰੂ ਅਰਜਨ ਪਾਤਸ਼ਾਹ ਯਾਦ ਕਰਨ। ਅੱਜ ਜ਼ਮੀਨ ਵਾਹੁੰਦਾ ਪਿਆ, ਬਲਦ ਵਾਹ ਕੇ ਜ਼ਮੀਨ ਤੇ ਇੱਕ ਪਾਸੇ ਆ ਕੇ ਬਹਿ ਗਿਆ, ਬਲਦਾਂ ਨੂੰ ਬੰਨ ਦਿੱਤਾ ਛਾਵੇਂ ਤੇ ਮਨ 'ਚ ਆਖਣ ਲੱਗਾ ਕਿ ਰੋਜ਼ ਗੁਰੂ ਅਰਜਨ ਪਾਤਸ਼ਾਹ ਤੁਹਾਨੂੰ ਯਾਦ ਕਰਦਾ ਵਾ ਤੇ ਤੁਸੀਂ ਰੋਜ਼ ਮੇਰੇ ਕੰਨਾਂ 'ਚ ਆਵਾਜ਼ਾਂ ਮਾਰਦੇ ਹੋ, ਬੱਚੇ ਮੈਂ ਆਇਆ ਪੁੱਤਰ ਮੈਂ ਆਇਆ ਪਰ ਆਉਂਦੇ ਹੈ ਕੋਈ ਨਹੀਂ, ਕਹਿ ਕੇ ਹੀ ਆਉਂਦਾ ਵਾ ਤੇ ਆਉਂਦੇ ਨਹੀਂ। ਤੇ ਗੁਰੂ ਅਰਜਨ ਪਾਤਸ਼ਾਹ ਇੱਕ ਗੱਲ ਅੱਜ ਤੁਹਾਨੂੰ ਦੱਸਦਿਆਂ, ਅੱਜ ਜੇ ਤੁਸੀਂ ਨਾ ਆਏ ਤੇ ਮੈਂ ਅੰਨ ਪਾਣੀ ਨਹੀਂ ਛਕਾਂ। ਕਹਿੰਦੇ ਹੱਠ ਭਗਤੀ ਵੀ ਕਿਸੇ ਵੇਲੇ ਪਰਮਾਤਮਾ ਨਾਲ ਮਿਲਾ ਦਿੰਦੀ। ਵੈਸੇ ਸਿੱਖੀ 'ਚ ਹੱਠ ਭਗਤੀ ਨਹੀਂ ਕਰਵਾ, ਪਰ ਕਈ ਵਾਰੀ ਹੱਠ ਕੀਤਾ ਹੋਇਆ ਪਰਮਾਤਮਾ ਮਿਲਦਾ। ਇੱਕ ਵਾਰੀ ਬੋਲੋ ਸਤਨਾਮ, ਇੱਕ ਵਾਰੀ ਫਿਰ ਆਖੋ ਸਤਨਾਮ। ਇਹ ਵਾਹਿਗੁਰੂ ਆਖਣ ਦਾ ਪਤਾ ਕੀ ਹੁੰਦਾ, ਮਨ ਜਿਹੜਾ ਹੁੰਦਾ ਨਾ ਇਹ ਭੱਜ ਜਾਂਦਾ, ਇਹ ਵਾਹਿਗੁਰੂ ਦੇ ਆਖਣ ਨਾਲ ਮਨ ਫਿਰ ਹਾਜ਼ਰ ਹੋ ਜਾਂਦਾ, ਫਿਰ ਸਾਡੇ ਕੰਟਰੋਲ 'ਚ ਆ ਜਾਂਦਾ। ਉਂਝੇ ਸ਼ੈਤਾਨ ਹੈ, ਉਂਝੇ ਅਭਿਮਾਨੀ ਹੈ, ਉਂਝੇ ਕਾਬੂ ਨਹੀਂ ਆਉਂਦਾ। ਇਹਨੂੰ ਵਾਹਿਗੁਰੂ ਦੇ ਸੰਗਲ ਨਾਲ ਇੱਥੇ ਲਿਆਵਾਂਗੇ, ਨਹੀਂ ਤੇ ਇੱਥੇ ਬੈਠਿਆਂ ਵੀ ਕਈ ਮੁਲਕਾਂ ਦੇ ਚੱਕਰ ਨਾ ਆਉਣ। ਇੱਕ ਵਾਰ ਬੋਲੋ ਸਤਨਾਮ। ਜਿਸ ਵਕਤ ਹੱਥ ਕਰਕੇ ਬਹਿ ਗਿਆ, ਦੁਪਹਿਰਾਂ ਹੋਈਆਂ, ਹੋਣ ਵਾਲੀਆਂ ਹੀ ਸਨ ਤੇ ਮਾਂ ਆ ਗਈ, ਰੋਟੀ ਲੈ ਕੇ ਆ ਗਈ, ਪੁੱਤਰ ਲੋ ਲੰਗਰ ਛਕ ਲੈ, ਪੁੱਤਰ ਭੋਜਨ ਛਕ ਲੈ। ਤੇ ਬੱਚਾ ਪਤਾ ਭਾਈ ਪੱਲਾ ਕੀ ਆਖਣਗਾ, ਅੰਮਾ ਅੱਜ ਨਹੀਂ ਭੋਜਨ ਛਕਣਾ, ਰੋਜ਼ ਛਕਦਾ ਵਾਂ, ਰੋਜ਼ ਤੂੰ ਨਹੀਂ ਆਉਂਦੀ ਮੈਂ ਛਕਣਾ, ਅੱਜ ਨਹੀਂ ਉਹ ਛਕਣਾ। ਬੇਟਾ ਕਿਉਂ? ਆਖਣਗੇ ਅੱਜ ਜੇ ਗੁਰੂ ਅਰਜਨ ਪਾਤਸ਼ਾਹ ਆਉਣਗੇ ਫਿਰ ਭੋਜਨ ਛਕਾਂਗਾ, ਨਹੀਂ ਤੇ ਨਹੀਂ ਛਕਣਾ। ਰੋਜ਼ ਕਹਿੰਦੇ ਬੱਚੇ ਮੈਂ ਆਇਆ, ਪੁੱਤਰ ਮੈਂ ਆਇਆ। ਤੇ ਮਾਂ ਪਤਾ ਕੀ ਕਹਿੰਦੀ, ਬੇਟਾ ਇਹੋ ਜਿਹਾ ਹੱਥ ਨਾ ਕਰੀ, ਬੇਟਾ ਇਹੋ ਜਿਹੀ ਜਿੱਦ ਨਾ ਕਰੀ। ਪਤਾ ਕਿਉਂ? ਸਾਡੇ ਕੋਲ ਸੋਨਾ ਨਹੀਂ, ਸਾਡੇ ਕੋਲ ਚਾਂਦੀ ਨਹੀਂ, ਸਾਡੇ ਕੋਲ ਮੋਹਰਾਂ ਨਹੀਂ, ਸਾਡੇ ਕੋਲ ਚੰਗਾ ਕੋਈ ਦੁਸ਼ਾਲਾ ਕੋਈ ਕੱਪੜਾ ਨਹੀਂ ਗੁਰੂ ਨੂੰ ਭੇਟ ਕਰਨ ਵਾਸਤੇ। ਤੇ ਤੇਰੇ ਕੋਲ ਹੈ ਕੀ ਹੈ? ਤੇਰੇ ਕੋਲ ਕੋਈ ਵਸਤੂ ਹੈ? ਤੇ ਕਿਵੇਂ ਗੁਰੂ ਆਏਗਾ ਤੇ ਕਿਵੇਂ ਗੁਰੂ ਪ੍ਰਸੰਨ ਹੋਏਗਾ? ਸਾਡੇ ਕੋਲ ਥਾਂ ਹੀ ਨਹੀਂ ਬਿਠਾਉਣ ਦੀ, ਸਾਡੇ ਕੋਲ ਗੁਰੂ ਦੀ ਸ਼ਰਧਾ ਤੇ ਭਾਵਨਾ ਦੀ ਜਗ੍ਹਾ ਹੀ ਨਹੀਂ ਜਿੱਥੇ ਗੁਰੂ ਆ ਕੇ ਸਾਡੇ ਕੋਲ ਬੈਠੇ। ਆਖਣ ਦਾ ਨਹੀਂ, ਅੰਮਾ ਮੈਂ ਤੇ ਪ੍ਰਣ ਕਰ ਲਿਆ। ਮਾਂ ਨੇ ਬੜਾ ਸਮਝਾਇਆ, ਨਹੀਂ ਸਮਝਿਆ। ਮਾਂ ਤੇ ਸਮਝਾ ਕੇ ਚਲੀ ਗਈ, ਉਹ ਫਿਰ ਸਮਾਧੀ ਲਾ ਕੇ ਬਹਿ ਗਿਆ। ਇੱਧਰ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਤਖ਼ਤ ਹਿਲਿਆ, ਅਕਾਲ ਤਖ਼ਤ ਤੇ ਬੈਠੇ ਹੋਏ, ਕੀਰਤਨ ਹੋ ਰਿਹਾ, ਸਤਸੰਗ ਹੋ ਰਿਹਾ। ਤੇ ਭਾਈ ਗੁਰਦਾਸ ਜੀ ਨੂੰ ਪਤਾ ਕੀ ਆਵਾਜ਼ ਮਾਰ ਕੇ ਆਖਦੇ, ਭਾਈ ਗੁਰਦਾਸ ਜੀ ਘੋੜਾ ਤਿਆਰ ਹੈ। ਬਾਬਾ ਜੀ ਘੋੜਾ ਤੇ ਤਿਆਰ ਹੈ, ਅਜੇ ਤੇ ਦੀਵਾਨ ਦੀ ਸਮਾਪਤੀ ਨਹੀਂ ਹੋਈ, ਆਹ ਵੇਖੋ ਸੰਗਤਾਂ ਬੈਠੀਆਂ ਹੋਈਆਂ ਤੁਹਾਡਾ ਦਰਸ਼ਨ, ਅੱਜ ਤੁਹਾਡੀ ਬੜੇ ਗਣ ਦਾ ਗੁਰਪੁਰਬ ਹੈ ਤੇ ਤੁਸੀਂ ਕਹਿੰਦੇ ਹੋ ਘੋੜਾ ਤਿਆਰ ਹੈ। ਗੁਰੂ ਅਰਜਨ ਪਾਤਸ਼ਾਹ ਅੱਜ ਨਾ ਕਿਤੇ ਜਾਇਓ, ਅੱਜ ਤੁਹਾਡਾ ਗੁਰਪੁਰਬ ਹੈ, ਉਹ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਈਆਂ। ਤੇ ਗੁਰੂ ਅਰਜਨ ਪਾਤਸ਼ਾਹ ਪਤਾ ਕੀ ਆਖਣਗੇ, ਆਖਣਗੇ ਨਹੀਂ ਭਾਈ ਗੁਰਦਾਸ ਜੀ ਅੱਜ ਜਾਣਾ ਪੈਣਾ, ਅੱਜ ਕਿਸੇ ਨੇ ਬੰਨ ਲਿਆ, ਅੱਜ ਕਿਸੇ ਨੇ ਜਕੜ ਲਿਆ, ਅੱਜ ਕਿਸੇ ਨੇ ਐਸਾ ਪਕੜ ਲਿਆ ਮੈਂ ਬੋਲ ਨਹੀਂ ਸਕਦਾ। ਘੋੜੇ ਤੇ ਇੱਕਦਮ ਪਲਾਕੀ ਮਾਰੀ ਤੇ ਤੁਰਨ ਲੱਗੇ ਤੇ ਭਾਈ ਗੁਰਦਾਸ ਨੇ ਘੋੜਾ ਪਕੜ ਕੇ ਆਖਿਆ, ਮਹਾਰਾਜ ਦੁਪਹਿਰ ਦਾ ਭੋਜਨ ਲੰਗਰ ਨਹੀਂ ਛਕਣਾ ਇਹ ਸੰਗਤ ਆ। ਤੇ ਗੁਰੂ ਅਰਜਨ ਪਾਤਸ਼ਾਹ ਪਤਾ ਕੀ ਆਖਣਗੇ, ਆਖਣਗੇ ਭਾਈ ਗੁਰਦਾਸ ਜੀ ਇਹਨਾਂ ਸਾਰੀਆਂ ਸੰਗਤਾਂ ਨੂੰ ਲੈ ਕੇ ਤੁਸੀਂ ਬਕਾਲੇ ਆ ਜਾਓ, ਦੁਪਹਿਰ ਦਾ ਭੋਜਨ ਬਕਾਲੇ ਬਣਾ ਕੇ ਉੱਥੇ ਛਕਾਂਗੇ। ਪਰ ਜਿੱਥੇ ਗੁਰੂ ਅਰਜਨ ਪਾਤਸ਼ਾਹ ਗਏ ਉਸ ਪਿੰਡ ਦਾ ਨਾਂ ਨਹੀਂ ਦੱਸਿਆ। ਪਤਾ ਕਿਉਂ ਨਹੀਂ ਦੱਸਿਆ? ਉਹ ਸਿੱਖ ਗਰੀਬ ਹੈ, ਉਹ ਬੱਚਾ ਗਰੀਬ ਹੈ, ਉਹਦੇ ਕੋਲ ਖਾਣ ਨੂੰ ਕੁਝ ਨਹੀਂ। ਤੇ ਜੇ ਉੱਥੇ ਸਾਰੀਆਂ ਸੰਗਤਾਂ ਪਹੁੰਚ ਗਈਆਂ ਉਸ ਵਿਚਾਰੇ ਕੋਲ ਇੰਤਜ਼ਾਮ ਨਹੀਂ ਹੋਣਾ। ਉਹ ਕਿੰਨਾ ਹੈ? ਉਹ ਬਕਾਲੇ ਤੋਂ ਹੋਰ 4 ਮੀਲ ਅੱਗੇ ਜਿਹਨੂੰ ਬਿਆਸਾ ਦੇ ਕੰਢੇ 'ਤੇ ਬੁਤਾਲਾ ਪਿੰਡ ਆ ਗਿਆ। ਬੁਤਾਲੇ
ਗੁਰੂ ਅਰਜਨ ਪਾਤਸ਼ਾਹ ਘੋੜੇ ਦੀ ਪਲਾਕੀ ਮਾਰੀ ਤੇ ਬੁਤਾਲੇ ਪਹੁੰਚ ਗਏ। ਜਿਸ ਵੇਲੇ ਬੁਤਾਲੇ ਪਹੁੰਚੇ ਨਾ ਤੇ ਭਾਈ ਪੱਲੇ ਕੋਲ ਨਹੀਂ ਗਏ, ਪਰ ਗੁਰੂ ਅਰਜਨ ਪਾਤਸ਼ਾਹ ਪਤਾ ਭਾਈ ਪੱਲਾ ਕਿੱਥੇ ਬੈਠਾ, ਉਹ ਜਾਣੀ ਜਾਣ ਹੈ, ਉਹ ਅੰਤਰ ਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣ, ਹਰ ਅੰਤਰ ਜਾਮੀ ਸਭ ਵਿਧ ਜਾਣੇ, ਉਹ ਸਾਰੇ ਦੇ ਮੇਰੇ ਤੁਹਾਡੀ ਫੱਟੀ ਜਾਣਦਾ ਜੀ। ਮਤਾ ਕੋਈ ਤੁਹਾਡੇ ਚੋਂ ਆਖੇ, ਮੇਰੇ ਚੋਂ ਕੋਈ ਆਖੇ ਕਿ ਮੈਂ ਗੁਰੂ ਨੂੰ ਆਪਣੀ ਸਫਾਈ ਪੇਸ਼ ਕਰ ਦਿਆਂ, ਮੈਂ ਗੁਰੂ ਨੂੰ ਆਪਣੀ ਗੱਲਬਾਤ ਪੇਸ਼ ਕਰਾਂ। ਗੁਰੂ ਨੇ ਤਾਂ ਸਾਡੀ ਫੋਟੋ ਲਾ ਕੇ ਰੱਖੀ ਹੋਈ ਆਪਣੇ ਕੋਲ, ਹਰ ਇੱਕ ਦੇ ਤੁਹਾਡੀ ਮੇਰੀ, ਅਤੇ ਗੁਰੂ ਨੇ ਫੋਟੋ 'ਚ ਪਤਾ ਕੀ ਲਿਖਿਆ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕੁਸੁੱਧਾ ਕਾਲੀਆਂ ਬਾਹਰੋਂ ਚਿਟਵੀਆਂ, ਰੀਸਾਂ ਕਰੇ ਤਲਾੜੀਆਂ ਜੋ ਸੇਵੇਂ ਦਰ ਖੜੀਆਂ। ਉਹ ਰੀਸਾਂ ਤੇ ਸੁਹਾਗਣਾਂ ਦੀਆਂ ਕਰਦਾ, ਉਹ ਰੀਸਾਂ ਤੇ ਸੰਤਾਂ ਤੇ ਮਹਾਂਪੁਰਸ਼ਾਂ ਦੀਆਂ ਕਰਦਾ, ਉਹ ਰੀਸਾਂ ਤੇ ਨਾਮ ਜਪਣ ਵਾਲਿਆਂ ਦੀ ਕਰਦਾ ਹੈ, ਪਰ ਕਰਮ ਤੇਰੇ ਦੁਹਾਗਣਾਂ ਵਾਲੇ ਨੇ, ਕਰਮ ਤੇਰੇ ਵਿਚਾਰੀਆਂ ਵਾਲੇ ਨੇ। ਇੱਕ ਵਾਰੀ ਬੋਲੋ ਸਾਧਨਾ, ਅਸੀਂ ਕਈ ਵਾਰੀ ਗ੍ਰੰਥੀ ਨਾਲ ਵੀ ਲੜ ਪੈਂਦੇ ਹਾਂ ਵੀ ਤੁਸੀਂ ਸਾਡਾ ਅਰਦਾਸ 'ਚ ਨਾਮ ਨਹੀਂ ਲਿਆ। ਮੈਂ ਕਈਆਂ ਬੰਦਿਆਂ ਨੂੰ ਵੇਖਿਆ ਰਾਗੀਆਂ ਨਾਲ ਲੜਦੇ ਹਾਂ ਵੀ ਤੁਸੀਂ ਕੀਰਤਨ ਭੇਜ ਸਾਡੇ ਪੈਸਿਆਂ ਦਾ ਨਾਮ ਨਹੀਂ ਕਿਹਾ, ਤੇ ਕਹਿੰਦੇ ਇੱਦਾਂ ਕਿ ਗੁਰੂ ਪਤਾ ਹੀ ਨਹੀਂ, ਗੁਰੂ ਨੂੰ ਜਾਣਦਾ ਹੀ ਨਹੀਂ, ਗੁਰੂ ਨੂੰ ਕੱਖ ਨਹੀਂ ਪਤਾ ਕਿ ਲੋਕਾਂ ਨੂੰ ਦੱਸਣ ਵਾਸਤੇ ਨਾਂ ਸੁਣਾਉਂਦਾ, ਲੋਕਾਂ ਨੂੰ ਭੰਡਣ ਵਾਸਤੇ ਕਿ ਮੈਂ ਆਹ ਦਾਨ ਕੀਤਾ। ਇਹ ਦਾਨ ਨਹੀਂ ਲੱਗਦਾ, ਦਾਨ ਉਹ ਲੱਗਦਾ ਜਿਹੜਾ ਚੁੱਪ ਕਰਕੇ ਕੀਤੀਆਂ ਦਾਨ ਹੋ ਗਿਆ। ਇਹ ਕੁਝ ਬੋਲੋ ਸਾਧਨਾ, ਗੱਲ ਮੁਕਾ ਦਿਓ। ਗੁਰੂ ਅਰਜਨ ਪਾਤਸ਼ਾਹ ਬੁਤਾਲੇ ਪਹੁੰਚੇ ਤੇ ਪਿੰਡ ਦੇ ਚੌਧਰੀਆਂ ਨੂੰ ਪਤਾ ਕੀ ਪੁੱਛਦੇ, ਪਿੰਡ ਦੇ ਚੌਧਰੀਆਂ ਨੂੰ, ਲੰਬੜਦਾਰਾਂ ਨੂੰ, ਵੱਡਿਆਂ ਨੂੰ, ਸਰਪੰਚਾਂ ਨੂੰ, ਆਖਦੇ ਨੇ ਬਈ ਇੱਥੇ ਕੋਈ ਪੱਲੇ ਨਾਮ ਦਾ ਹੈ ਇਨਸਾਨ? ਭਾਈ ਪੱਲੇ ਨੂੰ ਤੁਸੀਂ ਜਾਣਦੇ? ਸਾਡਾ ਇੱਕ ਸਿੱਖ, ਸਾਡਾ ਇੱਕ ਪਿਆਰਾ, ਸਾਡਾ ਇੱਕ ਮਿੱਤਰ ਭਾਈ ਪੱਲਾ ਰਹਿੰਦਾ, ਉਹ ਜਿਹੜੇ ਵੱਡੇ ਵੱਡੇ ਚੌਧਰੀ ਲੰਬੜਦਾਰ ਸਨ, ਉਹ ਆਖਣ ਲੱਗੇ ਮਹਾਰਾਜ ਇਸ ਨਾਮ ਦਾ ਕੋਈ ਬੰਦਾ ਨਹੀਂ ਰਹਿੰਦਾ। ਪਤਾ ਕਿਉਂ? ਗਰੀਬ ਨੂੰ ਕੋਈ ਨਹੀਂ ਜੇ ਜਾਣਦਾ। ਨਾਮ ਕਿਹਨਾਂ ਦੇ ਹੁੰਦੇ? ਨਾਮ ਅਮੀਰਾਂ ਦੇ। ਨਾਮ ਕਿਹਨਾਂ ਦੇ ਹੁੰਦੇ? ਪੈਸੇ ਵਾਲਿਆਂ ਦੇ। ਉਹ ਗਰੀਬ ਨੂੰ ਕੌਣ ਜਾਣਦਾ? ਉਹ ਨਿੱਕਾ ਜਿਹਾ ਬੱਚਾ ਤੇ ਗਰੀਬਾਂ ਦਾ ਪੁੱਤਰ, ਉਹਨੂੰ ਕੋਈ ਨਹੀਂ ਜਾਣਦਾ। ਗੁਰੂ ਅਰਜਨ ਪਾਤਸ਼ਾਹ ਪਤਾ ਕੀ ਮਨ 'ਚ ਕਹਿੰਦੇ? ਆਖਣ ਕੇ ਵੇਖੋ, ਜਿਹੜਾ ਬੰਦਾ ਮੇਰੇ ਨਾਲ ਪਿਆਰ ਕਰਦਾ, ਜਿਹੜਾ ਬੰਦਾ ਵਾਹਿਗੁਰੂ ਨਾਲ ਪਿਆਰ ਕਰਦਾ, ਉਹਨੂੰ ਜਾਣਦਾ ਹੀ ਕੋਈ ਨਹੀਂ, ਤੇ ਵੱਡੇ ਵੱਡੇ ਚੌਧਰੀਆਂ ਤੇ ਸਰਪੰਚਾਂ ਤੇ ਨੰਬਰਦਾਰਾਂ ਦੇ ਨਾਮ ਯਾਦ ਰੱਖ। ਤੇ ਗੁਰੂ ਅਰਜਨ ਪਾਤਸ਼ਾਹ ਉਹਨਾਂ ਕੋਲ ਤੁਰ ਕੇ ਅੱਗੇ ਆਏ, ਅੱਗੇ ਇੱਕ ਬੱਚੇ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਤੱਕ ਕੇ ਨਾ ਉਹਨਾਂ ਦਾ ਘੋੜਾ ਪਕੜ ਲਿਆ। ਆਖਣਗੇ ਮਹਾਰਾਜ ਇਹ ਤਾਂ ਉਹੀ ਜਾਪਦੇ ਨੇ ਜਿਹੜਾ ਭਾਈ ਪੱਲਾ ਪਿਆਰ ਕਰਦਾ, ਮੇਰਾ ਮਿੱਤਰ, ਮੇਰਾ ਦੋਸਤ, ਮੇਰਾ ਬਚਪਨ ਦਾ ਸਾਥੀ, ਉਹ ਭਾਈ ਪੱਲਾ ਗੁਰੂ ਅਰਜਨ ਪਾਤਸ਼ਾਹ ਨਾਲ ਪਿਆਰ ਕਰਦਾ, ਤੇ ਭਾਈ ਪੱਲੇ ਨੇ ਇਹੋ ਜਿਹੀ ਫੋਟੋ ਮੈਨੂੰ ਦੱਸੀ ਸੀ, ਇਹੋ ਜਿਹੀ ਸ਼ਕਲ ਸਮਝਾਈ ਸੀ ਕਿ ਗੁਰੂ ਅਰਜਨ ਪਾਤਸ਼ਾਹ ਇਹੋ ਜਿਹੇ ਨਹੀਂ। ਤੇ ਗੁਰੂ ਅਰਜਨ ਪਾਤਸ਼ਾਹ ਦਾ ਘੋੜਾ ਪਕੜ ਕੇ ਪਤਾ ਕੀ ਆਖਦਾ? ਆਖਣਗੇ ਇਹ ਮੇਰੀ ਪੀਰੀ ਦੇ ਮਾਲਕ, ਜਿਸ ਭਾਈ ਪੱਲੇ ਨੂੰ ਤੁਸੀਂ ਲੱਭਦੇ ਹੋ ਉਹਨੂੰ ਪਿੰਡ ਵਾਲਾ ਕੋਈ ਨਹੀਂ ਜੇ ਜਾਣਦਾ, ਉਹਨੂੰ ਮੈਂ ਜਾਣਦਾ, ਆਹ ਮੈਂ ਤੈਨੂੰ ਲੈ ਚੱਲਾਂ। ਘੋੜਾ ਪਕੜ ਕੇ ਤੇ ਗੁਰੂ ਅਰਜਨ ਪਾਤਸ਼ਾਹ ਕੋਲ ਲੈ ਗਿਆ, ਜਿੱਥੇ ਉਹ ਭਾਈ ਬੱਚਾ ਪੱਲਾ ਬੈਠਾ ਹੋਇਆ ਜ਼ਮੀਨਾਂ ਦੇ ਵਿੱਚ ਤੇ ਭਗਤੀ ਵਿੱਚ ਬੈਠਾ, ਸਿਮਰਨ 'ਚ ਬੈਠਾ। ਗੁਰੂ ਅਰਜਨ ਪਾਤਸ਼ਾਹ ਜਦੋਂ ਪਹੁੰਚੇ ਤੇ ਆਖਣਗੇ ਭਾਈ ਪੱਲਿਆ ਮੈਂ ਆ ਗਿਆ, ਭਾਈ ਪੱਲਿਆ ਸਤਿ ਕਰਤਾਰ, ਭਾਈ ਪੱਲਿਆ ਧੰਨ ਰੰਕਾਰ, ਭਾਈ ਪੱਲਿਆ ਅੱਖਾਂ ਖੋਲ ਮੈਂ ਆ ਗਿਆ। ਤੇ ਭਾਈ ਪੱਲਾ ਪਤਾ ਕੀ ਆਖਦਾ? ਆਖਣਗੇ ਇਹੋ ਜਿਹੀਆਂ ਆਵਾਜ਼ਾਂ ਅੱਗੇ ਵੀ ਆਉਂਦੀਆਂ, ਇਹੋ ਜਿਹੀਆਂ ਗੱਲਾਂ ਤੁਸੀਂ ਅੱਗੇ ਵੀ ਕਰਦੇ ਹੋ, ਅੱਜ ਅੱਖਾਂ ਵੀ ਖੋਲੀਆਂ, ਅੱਜ ਨੇਤਰ ਵੀ ਖੋਲ੍ਹੇ, ਅੱਜ ਤੇ ਨੇਤਰ ਉਦੋਂ ਖੋਲਾਂਗਾ ਜਦੋਂ ਤੁਸੀਂ ਪ੍ਰਤੱਖ ਮੇਰੇ ਸਾਹਮਣੇ ਆਵੋਗੇ। ਭਾਈ ਪੱਲਿਆ ਵਿਸ਼ਵਾਸ ਨਹੀਂ, ਭਾਈ ਪੱਲਿਆ ਯਕੀਨ ਨਹੀਂ, ਭਾਈ ਪੱਲਿਆ ਨੇਤਰ ਖੋਲ, ਆਖਣਗਾ ਮੈਂ ਉਦੋਂ ਖੋਲਾਂਗਾ ਜਦੋਂ ਮੇਰੇ ਹੱਥਾਂ 'ਚ ਆ ਜਾਓਗੇ, ਜਦੋਂ ਮੈਂ ਤੁਹਾਨੂੰ ਪਕੜ ਲਵਾਂਗਾ ਉਦੋਂ ਮੈਂ ਨੇਤਰ ਖੋਲਾਂਗਾ, ਜੇ ਫਿਰ ਨੇਤਰ ਨਹੀਂ ਜਿਵੇਂ ਖੋਲੇ, ਇੱਦਾਂ ਨਹੀਂ ਜਿਵੇਂ ਖੋਲੇ। ਗੁਰੂ ਅਰਜਨ ਪਾਤਸ਼ਾਹ ਘੋੜੇ ਤੋਂ ਉਤਰੇ ਤੇ ਭਾਈ ਪੱਲੇ ਦੇ ਕੋਲ ਆ ਕੇ ਬਹਿ ਗਏ, ਪੁੰਜੇ ਕੋਈ ਕਾਰਪੈਟ
ਕੋਈ ਵਿਛਾਈ ਨਹੀਂ, ਕੋਈ ਦਰੀ ਨਹੀਂ। ਗੁਰੂ ਅਰਜਨ ਪਾਤਸ਼ਾਹ ਖੇਤਾਂ 'ਚ ਜ਼ਮੀਨਾਂ 'ਚ ਬਹਿ ਗਏ ਅਤੇ ਭਾਈ ਪੱਲੇ ਅੱਗੇ ਦੋਵੇਂ ਹੱਥ ਕਰਕੇ ਆਖਣਗੇ, ਭਾਈ ਪੱਲਿਆ ਮੇਰੇ ਹੱਥ ਪਕੜ ਲੈ, ਭਾਈ ਪੱਲਿਆ ਮੈਨੂੰ ਸਮਝ ਲੈ, ਭਾਈ ਪੱਲਿਆ ਤੂੰ ਦੇਖਭਾਲ ਕਰ ਲੈ, ਮੈਂ ਤੈਨੂੰ ਸੱਚੀ ਮੁੱਚੀ ਕਹਿੰਦਾ ਤੇਰੇ ਪਿਆਰ ਨੇ ਖਿੱਚਾਂ ਪਾਈਆਂ, ਤੇਰੇ ਪਿਆਰ ਨੇ ਐਸਾ ਖਿੱਚਿਆ ਅਕਾਲ ਤਖ਼ਤ ਤੋਂ ਉੱਠ ਕੇ ਮੈਂ ਤੇਰੇ ਕੋਲ ਆ ਗਿਆ, ਭਾਈ ਪੱਲਿਆ ਅੱਜ ਵਰੇ ਗੰਢ ਦਾ ਗੁਰਪੁਰਬੀ, ਭਾਈ ਪੱਲਿਆ ਅੱਜ ਮੇਰਾ ਗੁਰਪੁਰਬੀ, ਵੇਖ ਲੈ ਮੈਂ ਅਕਾਲ ਤਖ਼ਤ ਤੇ ਨਹੀਂ ਮਨਾਇਆ ਤੇ ਮੈਂ ਤੇਰੇ ਕੋਲ ਆ ਗਿਆ। ਗੁਰੂ ਪਿਆਰ ਦਾ ਭੁੱਖ ਹੈ, ਗੁਰੂ ਭਾਵਨਾ ਦਾ ਭੁੱਖ ਹੈ, ਗੁਰੂ ਪ੍ਰੇਮ ਦਾ ਭੁੱਖ ਹੈ। ਸਾਚ ਕਹੋ ਸੁਣਦੇ ਹੋ ਸਭ, ਜੇ ਪ੍ਰੇਮ ਕੀ ਓਤ ਨਹੀਂ ਪ੍ਰਭ ਪਾਏ। ਇੱਕ ਵਾਰੀ ਬੋਲੋ ਸਤਨਾਮ। ਭਾਈ ਪੱਲਾ ਆਖਣ ਲੱਗਾ ਕੋਈ ਇੰਨਾ ਹੱਟ ਕਰਕੇ ਬੈਠਾ ਹੋਏ ਤੇ ਗੁਰੂ ਅਰਜਨ ਪਾਤਸ਼ਾਹ ਜੀ ਤੇਰੇ ਕੋਲ ਆ ਵੀ ਗਏ ਤੇ ਤੂੰ ਨੇਤਰ ਨਹੀਂ ਖੋਲਦਾ, ਤੇ ਗੁਰੂ ਅਰਜਨ ਪਾਤਸ਼ਾਹ ਦੇ ਹੱਥ ਪਕੜ ਕੇ ਸਾਰੀ ਪਛਾਣ ਕੀਤੀ, ਨੇਤਰ ਨਹੀਂ ਖੋਲਦੀ, ਬਾਜ ਵੀ ਤੱਕਿਆ, ਤਲਵਾਰਾਂ ਵੀ ਤੱਕੀਆਂ, ਜਗ੍ਹਾ ਕਲਗੀ ਵੀ ਤੱਕੀ, ਤੇ ਗੁਰੂ ਅਰਜਨ ਪਾਤਸ਼ਾਹ ਨੂੰ ਢੋਡਾ ਕੇ ਨਾ ਫਿਰ ਨੇਤਰ ਮਨ ਖੋਲਦਾ, ਆਖਣਗਾ ਹੁਣ ਯਕੀਨ ਹੋ ਗਿਆ ਗੁਰੂ ਜੀ ਆ ਗਏ, ਮੁਰਸ਼ਦ ਆ ਗਏ। ਤੇ ਜਦੋਂ ਨੇਤਰਾਂ ਦੇ ਕਟੋਰੇ ਖੋਲੇ, ਇਹ ਨੈਣਾਂ ਦੀਆਂ ਪਲਕਾਂ ਖੋਲੀਆਂ, ਉਹ ਜੋ ਮਾਂ ਨੇ ਤਸਵੀਰ ਸਮਝਾਈ ਸੀ ਉਹ ਸਾਹਮਣੇ ਪ੍ਰਤੱਖ ਵੇਖ ਕੇ ਭਾਈ ਪੱਲਾ ਨਿਹਾਲ ਹੀ ਹੋ ਗਿਆ, ਭਾਈ ਪੱਲਾ ਚੱਕਰ ਤੇ ਹੈਰਾਨ ਹੀ ਹੋ ਗਿਆ, ਇੱਕ ਪਲ ਨਹੀਂ ਵਿਛੋੜਾ ਖਾਧਾ, ਉਹਨਾਂ ਪਲਾਂ ਵਿੱਚ ਗੁਰੂ ਅਰਜਨ ਪਾਤਸ਼ਾਹ ਦੇ ਕਦਮਾਂ 'ਤੇ ਮੱਥਾ ਟੇਕ ਗਏ, ਚਰਨਾਂ ਦੇ ਉੱਤੇ ਰੱਖ ਦਿੱਤਾ ਸੀਸ। ਤੇ ਗੁਰੂ ਅਰਜਨ ਪਾਤਸ਼ਾਹ ਆਖਣਗੇ ਭਾਈ ਪੱਲਿਆ ਸਿਰ ਚੁੱਕ, ਭਾਈ ਪੱਲਿਆ ਮੱਥਾ ਟੇਕ ਲਈ ਚੁੱਕ, ਭਾਈ ਪੱਲਾ ਚੁੱਕਦਾ ਨਹੀਂ ਪਿਆ। ਪਤਾ ਕਿਉਂ? ਕਿ ਮਾਂ ਨੇ ਸਮਝਾਇਆ ਸੀ ਗੁਰੂ ਸਿੱਖ ਦੇ ਉੱਤੇ ਹੱਥ ਰੱਖ ਕੇ ਪਤਾ ਕੀ ਕਹਿੰਦਾ, ਨਿਹਾਲ ਨਿਹਾਲ ਨਿਹਾਲ, ਇਸ ਕਰਕੇ ਸਿਰ ਨਹੀਂ ਚੁੱਕਦਾ ਤੇ ਪਤਾ ਕੀ ਆਉਂਦਾ। ਆਖਣਗਾ ਗੁਰੂ ਅਰਜਨ ਪਾਤਸ਼ਾਹ ਜਦੋਂ ਤੁਹਾਡੇ ਕਦਮਾਂ ਕੋਈ ਸਿੱਖ ਮੱਥਾ ਟੇਕੇ ਤੁਸੀਂ ਕੋਈ ਗੱਲ ਕਹਿੰਦੇ ਹੋ, ਨਿਹਾਲ ਵਾਲੀ ਗੱਲ ਭੁੱਲ ਗਿਆ, ਉਹ ਇਤਨੇ ਵਚਨ ਯਾਦ ਰਹੇ ਕਿ ਗੁਰੂ ਕੁਛ ਕਹਿੰਦਾ ਹੁੰਦਾ। ਤੇ ਗੁਰੂ ਅਰਜਨ ਪਾਤਸ਼ਾਹ ਆਖਣਗੇ ਬੱਚਾ ਅਨਭੋਲ ਹੈ, ਬੱਚਾ ਭੋਲੇ ਭਾਵ 'ਚ ਕਹਿ ਰਿਹਾ। ਤੇ ਗੁਰੂ ਨੇ ਸਿਰ ਤੇ ਹੱਥ ਰੱਖੇ ਪਤਾ ਕੀ ਆਖਿਆ, ਆਖਣਗੇ ਬੱਚੇ ਭਾਈ ਪੱਲਿਆ ਨਿਹਾਲ, ਭਾਈ ਪੱਲਿਆ ਨਿਹਾਲ ਨਿਹਾਲ। ਤਿੰਨ ਵਾਰੀ ਮੂੰਹ 'ਚ ਆ ਕੇ ਭਾਈ ਪੱਲੇ ਨੂੰ ਸਿੱਖੀ ਦੇ ਦਿੱਤੀ, ਭਾਈ ਪੱਲੇ ਨੂੰ ਨਾਮ ਦੇ ਦਿੱਤਾ, ਭਾਈ ਪੱਲੇ ਨੂੰ ਪਦਾਰਥ ਦੇ ਦਿੱਤੇ, ਤੇ ਭਾਈ ਪੱਲੇ ਨੂੰ ਸਿਰ ਤੋਂ ਚੁੱਕ ਕੇ ਗੁਰੂ ਅਰਜਨ ਪਾਤਸ਼ਾਹ ਆਪਣੀ ਛਾਤੀ ਨਾਲ ਨਿੱਕ ਦਿੱਤਾ, ਜਿਵੇਂ ਬਾਪੂ ਪਿਆਰ ਕਰਦਾ ਨਾ ਬੱਚੇ ਨਾਲ, ਇਵੇਂ ਗੁਰੂ ਅਰਜਨ ਪਾਤਸ਼ਾਹ ਉਸ ਬੱਚੇ ਦਾ ਬਾਪੂ ਨਹੀਂ, ਉਸ ਬੱਚੇ ਦਾ ਪਿਤਾ ਨਹੀਂ, ਉਹਦਾ ਪਿਤਾ ਸਵਰਗਵਾਸ ਹੋ ਗਿਆ, ਉਹਦਾ ਪਿਤਾ ਪਰਮਾਤਮਾ ਕੋਲ ਚਲਾ ਗਿਆ, ਪਰ ਗੁਰੂ ਅਰਜਨ ਪਾਤਸ਼ਾਹ ਉਸ ਬੱਚੇ ਨੂੰ ਪਿਤਾ ਦਾ ਪਿਆਰ ਦੇ ਕੇ ਗਲਵੱਖੜੀ ਚਲਿਆ, ਬਾਪੂ ਦਾ ਪਿਆਰ ਕੀਤਾ। ਆਖਣਗੇ ਪੁੱਤਰ ਮੰਗ ਲੈ, ਮੇਰੇ ਵਰਗਾ ਕੋਈ ਹੁੰਦਾ ਤੇ ਹੁਣ ਕਹਿਣਾ ਸੀ ਮੈਂ ਮੈਨੂੰ ਆਹ ਪਦਾਰਥ ਦੇ ਦਿਓ, ਆਹ ਦਾਤ ਦੇ ਦਿਓ, ਆਹ ਮਾਇਆ ਦੇ ਦਿਓ, ਆਹ ਮੰਦਰ ਦੇ ਦਿਓ, ਆਹ ਸੋਨਾ ਤੇ ਚਾਂਦੀ ਦੇ ਦਿਓ। ਤੇ ਬੱਚਾ ਪਤਾ ਕੀ ਕਹਿੰਦਾ, ਆਖਣਗੇ ਮਹਾਰਾਜ ਮੇਰਾ ਦੇ ਘਰ 'ਚ ਆਇਓ, ਪ੍ਰਸੰਨਤਾ ਦੇ ਘਰ 'ਚ ਆਇਓ, ਉਹ ਰਹਿਮਤਾਂ ਦੇ ਘਰ 'ਚ ਆਇਓ, ਫਿਰ ਜੋ ਮੈਂ ਮੰਗਾਂਗਾ ਮਿਲੇਗਾ। ਆਖਣਗੇ ਬੱਚਿਆ ਦੋ ਤੂੰ ਆਖੇਗਾ ਦਿਆਂਗਾ। ਤੇ ਬੱਚਾ ਹੱਥ ਜੋੜ ਕੇ ਆਖਣਗਾ, ਮਹਾਰਾਜ ਜੀ ਮੇਰੀ ਮਾਂ ਨੂੰ ਦਰਸ਼ਨ ਦੇ ਜਾਓ, ਜਿਸ ਮਾਂ ਨੇ ਤੁਹਾਡੇ ਨਾਲ ਜੋੜਿਆ ਹੈ, ਜਿਸ ਮਾਂ ਨੇ ਤੁਹਾਡਾ ਪਿਆਰ ਦਿੱਤਾ ਹੈ, ਜਿਸ ਮਾਂ ਨੇ ਅਸੀਸਾਂ ਦਿੱਤੀਆਂ, ਜਿਸ ਮਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਕਿ ਗੁਰੂ ਮੇਰੇ ਪਿਆਰ 'ਚ ਖਿੱਚਿਆ ਹੋਇਆ ਆ ਗਿਆ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਪਦਾਰਥ ਨਹੀਂ ਚਾਹੀਦਾ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ, ਮੈਨੂੰ ਰਾਜ ਨਹੀਂ ਚਾਹੀਦਾ, ਮੈਨੂੰ ਮੁਕਤੀ ਨਹੀਂ ਚਾਹੀਦੀ, ਮੈਨੂੰ ਤਾਂ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ। ਉੱਠ ਭਾਈ ਪੱਲਿਆ, ਉੱਠ ਆ ਤੇਰੇ ਘਰ ਚੱਲੀ। ਗਰੀਬਾਂ ਦੇ ਘਰ ਗੁਰੂ ਅਰਜਨ ਪਾਤਸ਼ਾਹ ਕਿਵੇਂ ਆਉਂਦੇ? ਭਾਈ ਪੱਲਾ ਅੱਗੇ ਅੱਗੇ ਤੇ ਗੁਰੂ ਅਰਜਨ ਪਾਤਸ਼ਾਹ ਦੀ ਲਗਾਮ ਪਕੜ ਕੇ ਤੁਰਿਆ ਆ ਰਿਹਾ, ਤੇ ਥੋੜ੍ਹੀ ਦੂਰ ਆ ਕੇ ਪਤਾ ਕੀ ਆਖਣਗੇ, ਪਿਤਾ ਜੀ ਇੱਕ ਗਲਤੀ ਹੋ ਗਈ ਹੈ, ਪਿਤਾ ਜੀ ਤੁਸੀਂ ਅੱਗੇ ਚਲੋ ਤੇ ਮੈਂ ਪਿੱਛੇ ਚੱਲਾਂ, ਇਸ ਤਰ੍ਹਾਂ ਬੇਅਦਬੀ ਹੁੰਦੀ ਹੈ। ਗੁਰੂ ਅਰਜਨ ਪਾਤਸ਼ਾਹ ਆਖਣਗੇ, ਨਹੀਂ ਬੇਟਾ, ਜਦ ਪੁੱਤਰ ਅੱਗੇ ਅੱਗੇ ਚੱਲੇ ਨਾ ਤੇ ਬਾਪੂ ਦੀ ਛਾਤੀ ਚੌੜੀ ਆਉਂਦੀ, ਕੋਈ ਬੇਅਦਬੀ ਵਾਲੀ ਗੱਲ ਨਹੀਂ, ਤੂੰ ਅੱਗੇ ਅੱਗੇ ਚੱਲ। ਅੱਗੇ ਪਹੁੰਚੇ ਤੇ ਭਾਈ ਪੱਲਾ ਪਿੰਡ 'ਚ ਪਹੁੰਚ ਕੇ ਆਪਣੇ ਘਰ ਦਾ ਬੂਹਾ ਖੜਕਾ ਕੇ ਆਖਣਗੇ, ਅੰਮਾ ਛੇਤੀ ਕਰ, ਅੰਮਾ ਜਲਦੀ ਕਰ, ਬੂਹਾ ਲਾ, ਗੁਰੂ ਆ ਗਿਆ ਜੀ।
ਮੁਰਸ਼ਦ ਆ ਗਿਆ ਜੀ, ਮੇਰੀ ਪੀਰੀ ਦੇ ਮਾਲਕ ਆ ਗਏ, ਅਤੇ ਮਾਂ ਨੂੰ ਯਕੀਨ ਨਹੀਂ ਹੁੰਦਾ। ਮਾਂ ਪਤਾ ਕੀ ਸਮਝੂ, ਸਾਡੇ ਘਰ ਕਦੇ ਗੁਰੂ ਹਰਗੋਬਿੰਦ ਪਾਤਸ਼ਾਹ ਆ ਸਕਦੇ? ਨਹੀਂ, ਉਹ ਗਰੀਬਾਂ ਦੇ ਘਰ ਨਹੀਂ ਆਉਂਦਾ, ਉਹ ਤਾਂ ਅਮੀਰਾਂ ਦੇ ਘਰ ਜਾਂਦਾ, ਉਹ ਤਾਂ ਦੌਲਤਾਂ ਵੱਲ ਜੇ, ਪਰ ਮਾਂ ਨੂੰ ਇਹ ਨਹੀਂ ਪਤਾ ਕਿ ਉਹ ਗਰੀਬਾਂ ਨਾਲ ਬਹੁਤਾ ਪਿਆਰ ਕਰਦਾ, ਉਹ ਅਨਾਥਾਂ ਨਾਲ, ਦੁਖੀਆਂ ਨਾਲ। ਮਾਂ ਬੂਆ ਨਹੀਂ ਖੋਲਦੀ, ਗੁਰੂ ਸੱਚੀ ਮੁੱਚੀ ਆ ਗਏ। ਮਾਂ ਤੈਨੂੰ ਯਕੀਨ ਨਾਲ ਕਹਿ ਰਿਹਾ, ਜਿਸ ਗੁਰੂ ਨਾਲ ਤੂੰ ਜੋੜਿਆ ਨਾ, ਉਹ ਗੁਰੂ ਆ ਗਏ। ਤੇ ਮਾਂ ਭੱਜੀ ਹੋਈ ਦੌੜੀ ਹੋਈ ਆਈ ਤੇ ਆ ਕੇ ਬੂਹਾ ਖੋਲ ਕੇ, ਕੀ ਤਕਲੀਫ ਪਈ ਹੈ? ਅੱਗੇ ਭਾਈ ਪੱਲਾ ਪੁੱਤਰ ਮੇਰਾ ਖਲੋਤਾ ਹੈ ਤੇ ਪਿੱਛੇ ਗੁਰੂ ਹਰਗੋਬਿੰਦ ਪਾਤਸ਼ਾਹ ਖਲੋਤੇ। ਮਾਂ ਸਦਕੇ, ਮਾਂ ਨਿਹਾਲ, ਮਾਂ ਪ੍ਰਸੰਨ, ਤੇ ਭਾਈ ਪੱਲੇ ਨੂੰ ਪਰਾਂ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵੱਲ ਚੁੱਕੀ ਮੱਥਾ ਟੇਕਣ ਵਾਸਤੇ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮਾਂ ਦਾ ਸਿਰ ਥੱਲੇ ਨਹੀਂ ਲੱਗਣ ਦਿੱਤਾ, ਹੱਥਾਂ ਨਾਲ ਚੁੱਕ ਲਿਆ। ਅੰਮਾ ਤੂੰ ਤਨਤਾ ਜੋ, ਅੰਮਾ ਤੂੰ ਬੜੇ ਪਿਆਰ ਵਾਲੀ ਹੈ, ਅੰਮਾ ਤੂੰ ਇਸ ਬੱਚੇ ਨੂੰ ਆਹ ਨਾਮ ਦੀ ਕੁਰਤੀ ਦਿੱਤੀ, ਤੂੰ ਆਪਣੇ ਪੁੱਤਰ ਨੂੰ ਸਿਮਰਨ ਤੇ ਭਗਤੀ ਦੀ ਕੁਰਤੀ ਦਿੱਤੀ, ਅੰਮਾ ਤੇਰੀ ਧੰਨ ਜਣੇ ਦੀ ਮਾਓ ਆਏ ਸਫਲ ਸੀ, ਤੂੰ ਤਰਤਾ ਜੋ। ਗੁਰੂ ਹਰਗੋਬਿੰਦ ਪਾਤਸ਼ਾਹ ਅੰਦਰ ਲਿਆ, ਆਸਣ ਦਿੱਤਾ, ਫਟਿਆ ਆ ਪੂਰਾ ਵਿਛਾ ਦਿੱਤਾ। ਗੁਰੂ ਹਰਗੋਬਿੰਦ ਪਾਤਸ਼ਾਹ ਬਹਿ ਗਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਪਤਾ ਕੀ ਆਖਣਗੇ? ਅੰਮਾ ਬੜੀ ਭੁੱਖ ਲੱਗੀ ਹੈ, ਅੰਮਾ ਅੱਜ ਤੇਰੇ ਕੋਲ ਭੋਜਨ ਛਕਣਾ ਹੈ, ਅੰਮਾ ਪ੍ਰਸ਼ਾਦ ਹੈ? ਤੇ ਭਾਈ ਪੱਲਾ ਆਖਣਗਾ, ਅਮੀ ਗੁਰੂ ਹਰਗੋਬਿੰਦ ਪਾਤਸ਼ਾਹ ਭੋਜਨ ਮੰਗ ਰਹੇ, ਪ੍ਰਸ਼ਾਦ ਮੰਗ ਰਹੇ, ਇਤਨੀ ਜਲਦੀ ਕਰ ਭੋਜਨ ਲਿਆ। ਉਹ ਜਿਹੜੀਆਂ ਸੰਗਤਾਂ ਨੂੰ ਜਿਹਨਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਕਹਿ ਆਏ ਸਨ ਬਈ ਬਕਾਲੇ ਆਓ, ਉਹ ਬਕਾਲੇ ਨਹੀਂ ਠਹਿਰੇ, ਉਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਘੋੜਿਆਂ ਦੇ ਟਾਪਾਂ ਦੇ ਉੱਤੇ ਬਤਾਲੇ ਹੀ ਪਹੁੰਚ ਗਏ, ਭਾਈ ਪੱਲੇ ਦੇ ਘਰ ਪਹੁੰਚ ਗਏ। ਤੇ ਭਾਈ ਪੱਲੇ ਦੇ ਝੁੱਗੀ ਕੁਟੀਆਂ ਦੇ ਆਸੇ ਪਾਸੇ ਗਹਿਮ 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 ਲੱਗੀ ਹੋਈ, ਸੰਗਤਾਂ ਹੀ ਸੰਗਤਾਂ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਤੱਕ ਕੇ ਭਾਈ ਪੱਲੇ ਦਾ ਪਿੰਡ ਵੀ ਉਮੜ ਪਿਆ, ਉਹ ਚੌਧਰੀ, ਉਹ ਲੰਬੜਦਾਰ, ਉਹ ਭਾਈ ਪੱਲੇ ਦੇ ਘਰ ਆ ਗਏ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਆਖਣਗੇ, ਭਾਈ ਪੱਲਿਆ ਅਸਾਂ ਇਕੱਲਿਆਂ ਲੰਗਰ ਨਹੀਂ ਛਕਣਾ, ਇਹਨਾਂ ਸਾਰੀਆਂ ਸੰਗਤਾਂ ਨੇ ਵੀ ਲੰਗਰ ਛਕਣਾ ਹੈ, ਇਹ ਸਾਰੀਆਂ ਸੰਗਤਾਂ ਆਈਆਂ ਨੇ। ਤੇ ਮਾਂ ਨੂੰ ਕਹਿ ਭੋਜਨ ਬਣਾ ਤੇ ਪੰਗਤਾਂ ਲਵਾ ਦਿਓ, ਭਾਈ ਪੱਲਿਆ ਪੰਗਤਾਂ ਲਵਾ ਦਿਓ। ਭਾਈ ਪੱਲਾ ਗੁਰੂ ਹਰਗੋਬਿੰਦ ਪਾਤਸ਼ਾਹ ਕੋਲ ਉੱਠ ਕੇ ਮਾਂ ਕੋਲ ਆ ਕੇ ਆਖੇਗਾ, ਅੰਮਾ ਇੰਨਾ ਭੋਜਨ ਹੈ ਇਹ ਸਾਰੀਆਂ ਸੰਗਤਾਂ ਵਾਸਤੇ? ਆ ਪਿੰਡ ਵੀ ਆ ਗਈ, ਉਹ ਬਕਾਲੇ ਤੋਂ ਸੰਗਤਾਂ ਵੀ ਆ ਗਈਆਂ ਨੇ, ਅਕਾਲ ਤਖ਼ਤ ਤੋਂ ਵੀ ਸੰਗਤਾਂ ਆ ਗਈਆਂ ਨੇ। ਤੇ ਭਾਈ ਪੱਲੇ ਦੀ ਮਾਂ ਪਤਾ ਕੀ ਆਖਣਗੀ? ਭਾਈ ਪੱਲਿਆ ਗੁਰੂ ਨੂੰ ਮੇਰੇ ਕੋਲ ਬੁਲਾ, ਗਰੀਬੀ ਦਾ ਪਰਦਾ ਟੱਕ ਲੈ, ਗਰੀਬਾਂ ਦੀ ਲਾਜ ਰੱਖ ਲੈ, ਸਾਡੇ ਕੋਲ ਦੋ ਢੋਗੇ ਹਨ, ਇੱਕ ਗੁਰੂ ਖਾ ਲਏ, ਅੱਧਾ ਤੂੰ ਖਾ ਅੱਧਾ ਮੈਂ, ਸਾਡੇ ਕੋਲ ਤਾਂ ਭੋਜਨ ਹੀ। ਮਾਂ ਨੇ ਜੋ ਇਹ ਗੱਲ ਆਖੀ ਭਾਈ ਪੱਲੇ ਨੂੰ, ਤੇ ਭਾਈ ਪੱਲਾ ਉੱਠ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਕੋਲ ਆ ਕੇ ਪਤਾ ਕੀ ਕਹਿੰਦਾ? ਅੰਮਾ ਤੁਹਾਨੂੰ ਪਰਦੇ 'ਚ ਬੁਲਾਉਂਦੀ ਹੈ। ਬਾਪੂ ਜੀ, ਪਿਤਾ ਜੀ, ਇਹ ਗੁਰੂ ਹਰਗੋਬਿੰਦ ਪਾਤਸ਼ਾਹ, ਇੱਕ ਮਿੰਟ ਆ ਕੇ ਗੱਲ ਸੁਣਿਓ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਅੰਤਰਜਾਮੀ ਜਾਣਗੇ, ਆਪਣਾ ਕਮਰ ਕੱਸਾ ਪਟਕਾ ਖੋਲ੍ਹ ਕੇ ਭਾਈ ਪੱਲੇ ਨੂੰ ਦੇ ਕੇ ਆਖਣਗੇ, ਭਾਈ ਪੱਲਿਆ ਮੈਂ ਸਮਝ ਗਿਆ ਮਾਂ ਤੇਰੀ ਕਿਉਂ ਬੁਲਾਉਂਦੀ ਹੈ, ਆ ਲੈ ਪਟਕਾ, ਇਹਨੂੰ ਲੰਗਰ ਦੇ ਉੱਤੇ ਪਾ ਦੇ ਤੇ ਵੰਡੀ ਜਾਓ, ਇਹ ਲੰਗਰ ਨਹੀਂ ਜੇ ਖਤਮ ਹੋਏਗਾ, ਦੁਨੀਆਂ ਦੇ ਲੰਗਰ ਮੁੱਕ ਜਾਣ, ਭਾਈ ਪੱਲਿਆ ਤੇਰਾ ਲੰਗਰ ਨਹੀਂ ਖਤਮ ਹੋਏ। ਉਹ ਪਟਕਾ ਲੈ ਕੇ ਮਾਂ ਨੂੰ ਆ ਕੇ ਪਟਕਾ ਦਿੱਤਾ, ਆਖਣਗੇ ਲੰਗਰ ਤੇ ਪਾ ਦੇ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਹ ਬਚਨ ਆਖੇ ਨਹੀਂ, ਵੰਡੀ ਜਾਓ ਵੰਡੀ ਜਾਓ, ਇਹ ਨਹੀਂ ਜੇ ਮੁੱਕੇਗਾ, ਸੰਗਤਾਂ ਬਕਾਲੇ ਦੀਆਂ, ਸੰਗਤਾਂ ਬੁਤਾਲੇ ਦੀਆਂ, ਅਕਾਲ ਤਖ਼ਤ ਦੀਆਂ ਸੰਗਤਾਂ ਨੇ ਪੰਗਤਾਂ ਲਾ ਦੀਆਂ। ਤੇ ਉਸ ਟੋਕਰੀ 'ਚੋਂ ਦੋ ਢੋਗੇ ਸਨ, ਦੋ ਪ੍ਰਸ਼ਾਦੇ ਸਨ, ਪਤਾ ਨਹੀਂ ਕਿਤਨਾ ਮਣਾ ਮੂੰਹ ਲੰਗਰ ਬਣ ਗਿਆ, ਤੇ ਉਹਨਾਂ ਸੰਗਤਾਂ ਨੇ ਛਕਿਆ। ਗੁਰੂ ਹਰਗੋਬਿੰਦ ਪਾਤਸ਼ਾਹ ਪ੍ਰਸੰਨ, ਭਾਈ ਪੱਲੇ ਦੀ ਮਾਂ ਬੜੀ ਪ੍ਰਸੰਨ, ਤੇ ਜਾਣ ਲੱਗਿਆਂ ਪਤਾ ਸਮਾਂ ਹੋ ਗਿਆ, ਮੈਂ ਸਮਾਪਤੀ ਕਰ, ਜਾਣ ਲੱਗਿਆਂ ਗੁਰੂ ਹਰਗੋਬਿੰਦ ਪਾਤਸ਼ਾਹ ਆਖਣਗੇ, ਭਾਈ ਪੱਲਿਆ ਕੁਛ ਮੰਗਣਾ ਹੀ ਤੇ ਮੰਗ ਲੈ। ਭਾਈ ਪੱਲੇ ਨੇ ਆਖਿਆ, ਹੋਰ ਕੁਝ ਨਹੀਂ ਚਾਹੀਦਾ, ਮੈਂ ਤੇ ਜਦੋਂ ਤੁਹਾਨੂੰ ਯਾਦ ਕਰਾਂ ਉਦੋਂ ਆ ਜਾਓ। ਵੇਖ ਲਓ, ਕੁਝ ਨਹੀਂ ਜੇ ਮੰਗਿਆ, ਸਾਡੇ ਵਰਗੇ ਬੰਦੇ ਪਦਾਰਥਾਂ 'ਚ ਲਿਬੜੇ, ਸਾਡੇ ਵਰਗੇ ਬੰਦੇ ਚੱਕਰ ਤੇ ਮਾਇਆ 'ਚ ਲਿਬੜੇ। ਭਾਈ ਪੱਲਾ ਕਹਿੰਦਾ, ਜਦੋਂ ਮੈਂ ਯਾਦ ਕਰਾਂ ਉਦੋਂ ਆ ਜਾਓ, ਹੋਰ ਕੁਝ ਨਹੀਂ ਚਾਹੀਦਾ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਭਾਈ ਪੱਲੇ ਦੀ ਮਾਂ ਨੂੰ, ਅੰਮਾ ਤੂੰ ਕੁਛ ਮੰਗਣਾ ਤੇ ਮੰਗ ਲੈ,
ਅਸੀਂ ਚੱਲੇ ਹਾਂ, ਅਸੀਂ ਪ੍ਰਸੰਨ ਹਾਂ। ਅਤੇ ਗੁਰੂ ਅਰਜਨ ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਪੱਲੇ ਦੀ ਮਾਂ ਪਤਾ ਕੀ ਆਖਣਗੇ, ਇਹ ਗੁਰੂ ਅਰਜਨ ਪਾਤਸ਼ਾਹ ਇੱਕ ਦਾਤ ਮੇਰੀ ਝੁੱਲ 'ਚ ਪਾ ਦਿਓ, ਮੰਗਾਂ 'ਤੇ ਉਦੇ ਦਿਓ। ਆਖਣਗੇ ਅੰਮਾ ਦਿਆਂਗੇ, ਆਖਣਗੇ ਫਿਰ ਮੈਨੂੰ ਇਹ ਦਿਓ, ਮੈਂ ਸਵੇਰ ਤੋਂ ਸ਼ਾਮ ਤੱਕ ਪਕਾਉਂਦੀ ਨਾ ਥੱਕਾਂ ਅਤੇ ਤੁਹਾਡੀਆਂ ਸੰਗਤਾਂ ਛੱਕਦੀਆਂ ਨਾ ਥੱਕਾਂ। ਇੱਕ ਪੰਕਤੀ ਦੇ ਵਿੱਚ 9 ਨਦੀਆਂ ਅਤੇ 18 ਸਦੀਆਂ ਮੰਗ ਲਈਆਂ। ਅਤੇ ਗੁਰੂ ਅਰਜਨ ਪਾਤਸ਼ਾਹ ਆਖਣਗੇ, ਅੰਮਾ ਤੂੰ ਤਾਂ ਬੜੀ ਸਿਆਣੀ ਨਿਕਲੀ ਹੈ, ਤੂੰ ਤਾਂ ਸਾਰੀਆਂ ਚੀਜ਼ਾਂ ਹੀ ਮੰਗ ਲਈਆਂ, ਤੂੰ ਤਾਂ ਸਾਰੇ ਪਦਾਰਥ ਇੱਕੋ ਪੰਕਤੀ 'ਚ ਮੰਗ ਲਏ। ਆਖਣਗੇ ਤੂੰ ਤਾਂ ਇਹ ਮੰਗਿਆ, ਅਸੀਂ ਵੀ ਤੈਨੂੰ ਕੁਝ ਦੇ ਦਿੰਦੇ ਹਾਂ, ਆਪਣੇ ਆਪੂ ਨਹੀਂ ਮੰਗਿਆ। ਆਖਣਗੇ ਤੁਸੀਂ ਕੀ ਦੇ ਰਹੇ ਹੋ? ਆਖਣਗੇ ਅੰਮਾ ਇਸ ਥਾਂ ਦਾ ਨਾਂ ਹੋਏਗਾ ਭਾਈ ਪੱਲੇ ਦਾ ਲੰਗਰ, ਨਾ ਕਿ ਗੁਰੂ ਨਾਨਕ ਦਾ ਲੰਗਰ, ਨਾ ਕਿ ਗੁਰੂ ਰਾਮਦਾਸ ਦਾ ਲੰਗਰ, ਨਾ ਕਿ ਗੁਰੂ ਅਰਜਨ ਦਾ ਲੰਗਰ, ਨਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਲੰਗਰ। ਇਸ ਥਾਂ ਦਾ ਨਾਂ ਹੋਏਗਾ ਜੀ ਭਾਈ ਪੱਲੇ ਦਾ ਲੰਗਰ, ਜਿਹੜਾ ਸਿੱਖ ਪ੍ਰੇਮ ਸ਼ਰਧਾ ਅਤੇ ਭਾਵਨਾ ਵਾਲਾ ਇੱਥੋਂ ਆ ਕੇ ਲੰਗਰ ਛਕੇਗਾ, ਭਾਈ ਪੱਲੇ ਦੇ ਲੰਗਰ 'ਚੋਂ ਸਿੱਖੀ ਸਿਦਕ ਅਤੇ ਪੁੱਤਰਾਂ ਦੀਆਂ ਦਾਤਾਂ ਮਿਲਣਗੀਆਂ। ਉਹ ਥਾਂ ਹੁਣ ਤੱਕ ਮੌਜੂਦ ਹੈ, ਪਿੰਡਾਂ ਦੇ ਪਿੰਡ ਜਾਂਦੇ ਨੇ ਭਾਈ ਪੱਲੇ ਦੇ ਘਰ, ਭਾਈ ਪੱਲੇ ਦੀ ਧਰਮਸਾਲ, ਭਾਈ ਪੱਲੇ ਦੇ ਉਸ ਟਿਕਾਣੇ 'ਤੇ ਜੋ ਵੀ ਮੰਗਦੇ ਨੇ ਉੱਥੋਂ ਦਾਤਾਂ ਮਿਲਦੀਆਂ। ਮੇਰੇ ਕਹਿਣ ਦਾ ਭਾਵ ਹੈ ਜਿਹੜਾ ਵੀ ਸਿੱਖ ਗੁਰੂ ਅਰਜਨ ਪਾਤਸ਼ਾਹ 'ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 'ਤੇ ਮਾਣ ਪਿਆਰ ਸਤਿਕਾਰ ਕਰਦਾ ਹੈ ਉਹਨੂੰ ਦਾਤਾਂ ਮਿਲਦੀਆਂ। ਜਿਵੇਂ ਕਿ ਇਸ ਗੁਰਮੁਖ ਪਰਿਵਾਰ ਨੇ ਗੁਰੂ ਅਰਜਨ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਆਸਰਾ ਲਿਆ, ਦਾਤਾਂ ਮਿਲੀਆਂ, ਸਮਾਂ ਵੀ ਹੋ ਚੁੱਕਾ ਹੈ, ਆਓ ਸਮਾਪਤੀ ਕਰੀਏ। ਉਹ ਜੋ ਪੰਕਤੀਆਂ ਪੜ੍ਹ ਰਹੇ ਹਾਂ, ਅਗਲਾ ਪ੍ਰਣਾਮ ਗੁਰਮੁਖ ਪਿਆਰ ਪਛਾਣ ਕਰੋ ਜਾ ਕੇ।